ਜੈ ਜੀ ਜੀ एवरीवन God bless you ਸਾਰੇ ਨੂੰ ਜੈ ਜੀ ਜੀ ਤੇ ਆਪਾਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਜੀ ਆਇਆਂ ਨੂੰ ਤੁਹਾਨੂੰ ਕਹਿੰਨੇ ਆਂ ਪਿਤਾ ਪਰਮੇਸ਼ਰ ਜੀ ਆਇਆਂ ਨੂੰ ਕਹਿੰਨੇ ਜਿਨੇ ਅੱਜ ਸਾਨੂੰ ਇਹ ਦਿਨ ਦਿਖਾ ਲਿਆ ਇਸ ਦਿਨ ਦੇ ਵਿੱਚ ਜੇ ਅਸੀਂ ਜੀਂਦੇ ਆਂ ਤਾਂ ਹੀ ਜੀਂਦੇ ਆਂ ਕਰਕੇ ਉਹਦੀ ਕਿਰਪਾ ਆ ਉਹ ਤੋਂ ਬਿਨਾਂ ਆਪਾਂ ਇੱਕ ਸਾਹ ਲੈ ਨਹੀਂ ਸਕਦੇ ਕਿਸੇ ਨੇ ਬਹੁਤ ਖੁਕ ਗਿਆ ਕਿ ਮੇਰਾ ਸਾਰਾ ਧੰਨ ਲੈ ਲਾ ਪਰ ਮੈਨੂੰ ਇੱਕ ਘੰਟਾ ਜੀਵਨ ਹੋਰ ਦੇ ਦੇ ਯਾ ਪਰ ਉਹਦੇ ਕੋਲ ਇੱਕ ਹੰਤਾ ਹੈ ਨਹੀਂ ਸੀ ਜੇ ਅੱਜਕਲ ਅੱਜ ਆਪਣੇ ਆਪਾਂ ਜੀਂਦੇ ਆ ਅੱਜ ਆਪਣੇ ਕੋਲ ਜੀਵਨ ਆ ਤੇ ਉਹਦੀ ਕਿਰਪਾ ਦੇ ਕਰਕੇ ਹੀ ਆਪਣੇ ਕੋਲ ਜੀਵਨ ਆ ਸੋ ਆਪਾਂ ਉਹਦਾ ਧੰਨਵਾਦ ਕਰਦੇ ਆ ਤੇ ਤੁਹਾਡਾ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਨਾਲ ਅੱਜ ਫੇਰ ਆਪਣਾ ਕੀਮਤੀ ਟਾਈਮ ਕੱਢ ਕੇ ਜੁੜੇ ਆ ਤੇ ਪ੍ਰਭੂ ਦੇ ਬਚਨ ਆਪ ਇਕੱਠਿਆਂ ਨੇ ਰਾਲ ਕੇ ਸੁਣਨੇ ਆ ਤੇ ਜਦੋਂ ਤੁਸੀਂ ਸੁਣਦੇ ਆ ਪਹਿਲਾਂ ਵੀ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਕਰਕੇ ਬੈਰੀ ਬਹੁਤ ਸਾਡੇ ਬਚਨ ਜਿਹੜੇ ਬੀਜੇ ਹੁੰਦੇ ਆ ਉਹ ਚੋਰੀ ਕਰਨਾ ਚਾਹੁੰਦਾ ਹੁੰਦਾ ਜਾਂ ਉਹਨਾਂ ਨੂੰ ਕਿਸ ਸਮਾਨ ਦੇ ਵਿੱਚ ਲੈ ਕੇ ਹੋਣਾ ਚਾਹੁੰਦਾ ਸੋ ਆਪਣੇ ਕੋਲ ਹੈਗੀ ਆ ਪਾਵਰ ਕਿ ਆਪਾਂ ਇਸ ਫਰਾਈਡੇ ਵਾਲੀ ਮੀਟਿੰਗ ਲਈ ਵੀ ਪ੍ਰਾਰਥਨਾ ਕਰਿਆ ਕਰੀਏ ਕਿ ਪ੍ਰਭੂ ਜੀ ਜਿਹੜੇ ਅੱਜ ਤੁਸੀਂ ਬਚਨ ਸਾਨੂੰ ਦੇਣੇ ਆ ਉਹਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ ਤੁਹਾਡੇ ਲਈ ਵੀ ਤੇ ਸਾਡੇ ਲਈ ਵੀ ਓਕੇ ਜੀ ਤੇ ਅਸੀਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਮੈਂ ਕਿ ਜਿਹੜਾ ਇਹ ਲਿੰਕ ਆ ਜਦੋਂ ਤੁਸੀਂ ਜੁੜੇ ਆ ਤੇ ਇਹ ਲਿੰਕ ਤੁਸੀਂ ਆਪਣੇ ਪਿਆਰਿਆਂ ਨੂੰ ਭੇਜਣਾ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਕਾਕਿ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹੋਈਏ ਤੇ ਉਹਨਾਂ ਦੇ ਨਾਲ ਅਸੀਂ ਬਹੁਤ ਸਾਰੀਆਂ ਵਰਕ ਤਾਂ ਬੰਨਣੀਆਂ ਚਾਹੁੰਦੇ ਹੁੰਨੇ ਉਹਨਾਂ ਨਾਲ ਉਹ ਗੱਲਾਂ ਕਰਨੀਆਂ ਚਾਹੁੰਦੇ ਹੁੰਨੇ ਆ ਜੋ ਸਾਨੂੰ ਚੰਗੀਆਂ ਲੱਗਦੀਆਂ ਸੋ ਜੇ ਵਚਨ ਤੁਹਾਡੇ ਲਈ ਚੰਗਾ ਆ ਤੇ ਇਹ ਉਹਨਾਂ ਲਈ ਵੀ ਚੰਗਾ ਆ ਸੋ ਤੁਸੀਂ ਪਰਮੇਸ਼ਰ ਦੇ ਵਚਨ ਦੂਜੇ ਨਾਲ ਸ਼ੇਅਰ ਕਰਨ ਲਈ ਇੱਕ ਤੁਹਾਡੇ ਲਿੰਕ ਨੂੰ ਟੈਲੀਫੋਨ ਦਾ ਜਿਹੜਾ ਲਿੰਕ ਆ ਉਹ ਦੂਜੇ ਨਾਲ ਪਚਾਦਾ ਇੱਕੋ ਹੀ ਉਂਗਲੀ ਦੇ ਨਾਲ ਹੋ ਜਾਣਾ ਹੈ ਯੈਸ ਕੋਈ ਕੀਮਤ ਨਹੀਂ ਲੱਗਣੀ ਕੋਈ ਸਾਈਡ ਇਫੈਕਟ ਨਹੀਂ ਹੋਣਾ ਕੋਈ ਖਰਚ ਨਹੀਂ ਹੋਣਾ ਅੱਜ ਕੱਲ ਕਿੰਨਾ ਸੋਹਣਾ ਆ ਕਿ WhatsApp ਸਾਡੇ ਲਈ ਫ੍ਰੀ ਆ ਅਮਨ ਜਿੰਨਾ ਚਿਰ ਆਪਣੇ ਕੋਲ ਚੀਜ਼ਾਂ ਹੈਗੀਆਂ ਆ ਆਪਾਂ ਉਹਦਾ ਫਾਇਦਾ ਚੱਕ ਸਕੀਏ ਯੋ ਸਤੁਸੀ ਸਾਜ ਨਾਲ ਜੋੜ ਕੇ ਆਪਣੀ ਸੇਵਾ ਦੇ ਵਿੱਚ ਹਿੱਸਾ ਭਾਵੋ ਪਰਮੇਸ਼ਰ ਦੀ ਕਿਰਪਾ ਦੁਨੀਆ ਤੱਕ ਵੀ ਪਹੁੰਚ ਸਕੀਏ ਆਜਾਓ ਆਪਾਂ ਪ੍ਰਭੂ ਦੇ ਬਚਨਾਂ ਵੱਲ ਦੇਖਦੇ ਆਂ ਤੇ ਬਚਨ ਦੇਖ ਕੇ ਤੇ ਫਿਰ ਆਪਾਂ ਪ੍ਰਾਰਥਨਾ ਵੀ ਕਰਦੇ ਆਂ ਹਾਂਜੀ ਅੱਜ ਦਾ ਬਚਨ ਮੈਂ ਪੜਨ ਲੱਗੀ ਹਾਂ ਪ੍ਰਕਾਸ਼ ਦੀ ਪੋਥੀ ਜਾਨਕੀ ਕਿ ਰਿਵਿਊਲੇਸ਼ਨ ਉਹਦਾ ਚੈਪਟਰ 13 ਤੇ ਉਹਦੀ 11 ਤੋਂ ਲੈ ਕੇ 18 ਅੰਕਾ ਤੱਕ ਪ੍ਰਕਾਸ਼ ਦੀ ਪੋਥੀ ਚੈਪਟਰ 13 13 ਤੇ ਉਹਦੀਆਂ 11 ਤੋਂ ਲੈ ਕੇ 18 ਆਇਤਾ ਪੜਨ ਲੱਗੇ ਆ 18 ਤੱਕ ਫਿਰ ਮੈਂ ਇੰਗਲਿਸ਼ ਚ ਕਹਿੰਨੀ ਆ ਕਿ ਰੈਵਿਊਸ਼ਨ ਚੈਪਟਰ 13 ਵਰਸ 11 ਅੰਟਿਲ 18 ਹੌਕੇ ਜੀ ਸੋ ਅਜੋ ਆਪਾਂ ਪੜਹੀਏ ਜੇ ਤੁਹਾਡੇ ਕੋਲ ਬਾਈਬਲ ਨਹੀਂ ਹੈ ਜੀ ਤਾਂ ਲੈ ਲਓ ਹਲੇ ਟਾਈਮ ਹੈਗਾ ਆ ਤੇ ਜੇ ਤੁਸੀਂ ਸੋਚਦੇ ਆ ਮੈਂ ਸੁਣਨਾ ਹੀ ਆ ਕੋਈ ਗੱਲ ਨਹੀਂ ਤੁਸੀਂ ਇੱਕ ਪੇਪਰ ਤੇ ਪੈਨ ਲੈ ਕੇ ਉਹਦੇ ਉੱਤੇ ਅੱਜ ਦਾ ਲਿਖ ਲਓ ਤੇ ਫਿਰ ਤੁਸੀਂ ਸੁਣ ਵੀ ਸਕਦੇ ਹੋ ਕਿ ਕਈ ਵਾਰੀ ਖੋਲਣ ਦੇ ਵਿੱਚ ਸਾਨੂੰ ਟਾਈਮ ਲੱਗਦਾ ਪਰ ਲਿਖਣ ਨੂੰ ਅਸੀਂ ਛੇਤੀ ਲਿਖ ਸਕਦੇ ਹਾਂ ਤਾਂ ਕਿ ਫਿਰ ਤੁਸੀਂ ਬੈਠ ਕੇ ਫਿਰ ਇਹਨੂੰ ਐਕਵਰੀ ਫੇਰ ਦੇਖ ਸਕੋ। ਯਾ। ਅਮੈਂ। ਸੋ ਮੈਂ ਪਾਣ ਲੱਗੀ ਹਾਂ ਇੱਥੇ ਇਦਾਂ ਲਿਖਿਆ ਮੈਂ ਇੱਕ ਹੋੜ ਦਰਿੰਦੇ ਨੂੰ ਧਰਤੀ ਵਿੱਚ ਨਿਕਲਦੇ ਡੇਟਾ ਅਤੇ ਇੱਕ ਲੇਲੇ ਜਿਹੇ ਉਹਦੇ 2 ਇੰਚ ਸਨ ਅਤੇ ਅਜਕਰ ਵਾਂਗ ਉਹ ਬੋਲਦਾ ਸੀ। ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਇਖਤਿਆਰ ਵਰਤਦਾ ਹੈ। ਅਤੇ ਧਰਤੀ ਅਤੇ ਉਹਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਹਦੀ ਕਾਰੀ ਸੱਟ ਚੰਗੀ ਹੋ ਗਈ ਸੀ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਇਥੋਂ ਤੋੜੀ ਪੇ ਮਨੁੱਖਾਂ ਦੇ ਸਾਹਮਣੇ ਆਕਾਸ਼ੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ ਅਤੇ ਉਹਨਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਦਾ ਉਹਨੂੰ ਇੱਕ ਤਿਆਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਪਰਮਾਉਂਦਾ ਹੈ ਅਤੇ ਛੱਡਸੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹਨੂੰ ਤਲਵਾਰ ਦੀ ਛੱਟ ਵੱਜੀ ਅਤੇ ਉਹ ਜਿਉਂਦਾ ਰਿਹਾ ਉਹ ਉਹਨੂੰ ਵੀ ਦਿੱਤਾ ਗਿਆ ਕਿ ਉਹ ਦਰਿੰਦੇ ਉਸ ਦਰਿੰਦੇ ਦੀ ਮੂਰਤੀ ਵਿੱਚ ਸ્વાસ ਪਾ ਦੇਵੇ ਤਾਂ ਜੋ ਉਸ ਦਰਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ ਅਤੇ ਉਹ ਸਭ ਨਾਲ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਆਜ਼ਾਦਾਂ ਅਤੇ ਗੁਲਾਮਾਂ ਨੂੰ ਉਨ੍ਹਾਂ ਦੇ ਸੱਜੇ ਹੱਥ ਹੁੰਦੇ अथवा ਉਨ੍ਹਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਅਤੇ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ ਪਰ ਨਿਹਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਅਰਥਾਤ ਦ੍ਰਿੰਦੇ ਦਾ ਨਾਮ ਜਾਂ ਉਹਦੇ ਨਾਮ ਦਾ ਅੰਗ ਲੱਗਾ ਹੋਵੇ ਇਹ ਗਿਆਨ ਦਾ ਮੌਕਾ ਹੈ ਜੇਨੂੰ ਬੁੱਧ ਹੈ ਉਹ ਉਸ ਦ੍ਰਿੰਦੇ ਦੇ ਅੰਗ ਗਿਣੇ ਗੈਣ ਲਵੇ ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 6 6 6 ਆਪਾਂ ਨੂੰ ਬਹੁਤ ਸੌਂਦੇ ਵੀ ਆ ਤੇ ਜਾਣਦੇ ਵੀ ਆ ਕਿ वचन ਚ ਕੀ ਲਿਖਿਆ ਆ ਅੱਜ ਉਹ ਆਪਾਂ ਪ੍ਰਾਰਥਨਾ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਪਾਸਟਰ ਜੀ ਨੂੰ ਪੁੱਛਦੇ ਆ ਕਿ ਅੱਜ ਪ੍ਰਭੂ ਦਾ ਆਤਮਾ ਉਹਨਾਂ ਨੂੰ ਕਿਦਾਂ ਅਗਵਾਈ ਕਰਦਾ ਇਹ वचन ਸਮਝਾਉਣ ਲਈ ਕਰਕੇ ਕਈ ਵਾਰੀ ਸੱਚੀ ਮੈਂ ਆਪਣੇ ਐਕਸਪੀਰੀਅੰਸ ਦੱਸਦੀ ਆ ਮੈਨੂੰ ਕਈ ਗੱਲਾਂ ਬਾਈਬਲ ਦੇ ਵਿੱਚੋਂ ਹਾਲੇ ਤੱਕ ਸਮਝ ਨਹੀਂ ਲੱਗੀਆਂ ਹੈਗੀਆਂ ਪਰ ਜਿੱਦਾਂ ਜਿੱਦਾਂ ਪਰਮੇਸ਼ਰ ਦਾ ਆਤਮਾ ਚਾਹੂਗਾ ਆਪਾਂ ਨੂੰ ਸਮਝ ਦਿੰਦਾ ਹੈ ਅਮਨ ਹਾਂਜੀ ਅੱਜ ਆਪਾਂ ਪ੍ਰਾਰਥਨਾ ਕਰਦੇ ਹਾਂ ਸੱਚੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਵਡਿਆਈ ਕਰਦੇ ਹਾਂ ਕਿ ਤੁਸੀਂ ਵਡਿਆਈਆਂ ਦੇ ਲਾਇਕ ਹੋ ਔਰ ਧੰਨਵਾਦ ਕਰਦੇ ਹੋਏ ਤੁਹਾਡੇ ਅੱਗੇ ਆਪਣੇ ਸੀਸ ਨਿਮਾਉਂਦੇ ਹਾਂ ਤੇ ਤੁਹਾਨੂੰ ਮੱਥਾ ਟੇਕਦੇ ਹਾਂ ਔਰ ਤੁਹਾਡੇ ਅੱਗੇ ਹੀ ਧੰਨਵਾਦੀਆਂ ਪੇਟਾ ਚੜਾਉਂਦੇ ਹਾਂ ਕਿਉਂਕਿ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਦੇ ਹੋ ਔਰ ਤੁਸੀਂ ਅੱਜ ਦਾ ਸੋਹਣਾ ਜੀਵਨ ਸੰਸ ਨੂੰ ਦਿੱਤਾ ਸੋਹਣਾ ਦੇਨ ਦਿੱਤਾ ਸੋਹਣਾ ਮੌਲਕ ਦਿੱਤਾ ਜਿੱਥੇ ਅਸੀਂ ਫ੍ਰੀ ਹੋ ਕੇ ਅੱਡੇ ਬਚਨਾਂ ਨੂੰ ਪੜ ਸਕਦੇ ਹਾਂ ਸਿੱਖ ਸਕਦੇ ਹਾਂ ਤੇ ਸੁਣ ਸਕਦੇ ਹਾਂ ਤੇ ਨਾਲ ਹੀ ਨਾਲ ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਅਮਲ ਵੀ ਕਰ ਸਕੀਏ ਪ੍ਰਭੂ ਜੀ ਤੁਸੀਂ ਸਾਡੀ ਇਹ ਪ੍ਰਾਰਥਨਾ ਨੂੰ ਸੁਣੋ ਔਰ ਸੱਚਮੁੱਚ ਆਪਣੇ ਪਵਿੱਤਰ ਆਤਮਾ ਦੀ ਭਰਪੂਰੀ ਸਾਡੇ ਉੱਤੇ ਪਾਓ ਤਾਂ ਕਿ ਜਦੋਂ ਅਸੀਂ ਬਚਨ ਬੋਲਦੇ ਹਾਂ ਜਾਂ ਸੁਣਦੇ ਹਾਂ ਸਾਨੂੰ ਪੂਰੀ ਤਰ੍ਹਾਂ ਉਹਦੀ ਸਮਝ ਲੱਗ ਸਕੇ ਔਰ ਅਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਵਰਤ ਵੀ ਸਕੀਏ ਜਿਹਦੇ ਨਾਲ ਸਾਨੂੰ ਫਾਇਦਾ ਹੋਵੇ ਜਿੱਦਾਂ ਜਦੋਂ ਸਾਡੇ ਕੋਲ ਖਾਣਾ ਹੁੰਦਾ ਆ ਉਦੋਂ ਹੀ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ ਜਦੋਂ ਅਸੀਂ ਉਹਨੂੰ ਆਪਣੇ ਅੰਦਰ ਲਿਜਾ ਕੇ ਖਾਂਦੇ ਆਂ ਤੇ ਉਹਦਾ ਫਿਰ ਅਸਰ ਹੁੰਦਾ ਹੈ ਪ੍ਰਭੂ ਇਸੇ ਤਰ੍ਹਾਂ ਅਸੀਂ ਚਾਹੁੰਦੇ ਆਂ ਕਿ ਜਿਹੜਾ ਆਤਮਿਕ ਖਾਣਾ ਆਤਮਿਕ ਭੋਜਨ ਅੱਜ ਤੁਸੀਂ ਸਾਨੂੰ ਦੇਣਾ ਆ ਉਹਨੂੰ ਵੀ ਅਸੀਂ ਆਪਣੇ ਅੰਦਰ ਲਿਜਾ ਕੇ ਉਹਨੂੰ ਖਾ ਸਕੀਏ ਤਾਂ ਕਿ ਸਾਡੇ ਜੀਵਨ ਦੇ ਵਿੱਚ ਬਹੁਤ ਸਾਰਾ ਫਲ ਆ ਸਕੇ ਤੇ ਸਾਨੂੰ ਤਾਕਤ ਮਿਲ ਸਕੇ ਸਾਨੂੰ ਉਹਦੀ ਗੁਣ ਮਿਲ ਸਕਣ ਕਿ ਅਸੀਂ ਕਿੱਧਰਲੇ ਪਾਸੇ ਜਾਣਾ ਸਾਨੂੰ ਉਹਦੀ ਸਮਝ ਲੱਗ ਸਕੇ ਆਹੋ ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਤੇ ਜਲਾਲੀ ਨਾਮ ਦੇ ਵਿੱਚ ਮੰਗਦੇ ਆ ਕਿ ਆਪਣੇ ਵਾਅਦੇ ਦੇ ਮੁਤਾਬਕ ਸਾਨੂੰ ਦੇ ਤੁਸੀਂ ਕਹੇ ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਦਵਾਂਗਾ ਅਸੀਂ ਮੰਗਦੇ ਆ ਕਿ ਅੱਜ ਤੁਹਾਡੀ ਬੋਧ ਸਾਡੇ ਸਾਰਿਆਂ ਤੇ ਟਹਿਰੇ ਔਰ ਸਾਨੂੰ ਤੁਹਾਡੇ ਬਚਨਾਂ ਦੀ ਸਮਝ ਲੱਗ ਸਕੇ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਮੇਨ 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 ਹਾਂਜੀ ਹallelujah Praise God ਬਹੁਤ ਖੁਸ਼ੀ ਆਪਾਂ ਇੱਕ ਵਾਰ ਫੇਰ ਬਚਨ ਦੇ ਵਿੱਚ ਦੇਖਣ ਲੱਗੇ ਹਾਂ ਪਰ ਇੱਕ ਬਹੁਤ ਆਪਾਂ ਸਬਜੈਕਟ ਦੇਰ ਹੈ ਦੇਖ ਰਹੀਆਂ ਜਿਹੜਾ ਬਹੁਤ ਇੰਪੋਰਟੈਂਟ ਆ ਅਖੀਲੇ ਦਿਨਾਂ ਦੇ ਵਿੱਚ ਖਾਸ ਆ ਸਾਨੂੰ ਜਾਨਣਾ ਚਾਹੀਦਾ ਆ ਫਿਰ ਅਸੀਂ ਜੋ ਵੀ ਸਾਡੇ ਚਾਰ ਸ਼ਪੇਰੇ ਹੁੰਦਾ ਆ ਅਸੀਂ ਉਹਦੇ ਵਿੱਚ ਦੇਖ ਸਕਦੇ ਆ ਅਸੀਂ ਉਹ ਇੱਕ ਕਲੌਕ ਵਾਂਗ ਆ ਸਾਡੇ ਕਿ ਕਿੱਥੇ ਕਿਸੀਂ ਪਹੁੰਚੇ ਆ ਦੁਨੀਆ ਕਿੱਥੇ ਪਹੁੰਚੀ ਹੋਈ ਆ ਜਦੋਂ ਅਸੀਂ ਇਹ ਨਿਸ਼ਾਨ ਦੇਖਣੇ ਆ ਸਭ ਕੁਝ ਉਹ ਬਾਈਬਲ ਦੇ ਵਿੱਚ ਯਿਸੂ ਮਸੀਹ ਦੇ ਆਉਣ ਦੇ ਬਾਰੇ ਦੱਸਿਆ ਆ ਉਹੋ ਦੇਖਣੇ ਆ ਤੇ ਫੇ ਸਾਨੂੰ ਪਤਾ ਲੱਗਣਾ ਆ ਅਸੀਂ ਕਿੱਥੇ ਪਹੁੰਚੇ ਆ ਕਿੰਨਾ ਕੁ ਟਾਈਮ ਆ ਆਤਮਿਕ ਦਾ ਯਿਸੂ ਮਸੀਹ ਦੇ ਮੁੜ ਕੇ ਆਉਣ ਦਾ ਕਿੰਨਾ ਕੁ ਟਾਈਮ ਰਹਿਦਾ ਕਿੰਨਾ ਕਰਾਂਗੇ ਆ ਤੇ ਉਹ ਇਹ ਆਪਾਂ ਸਟੱਡੀ ਕਰ ਰਹੇ ਆ ਤੇ ਹੁਣ ਜਿਹੜੇ ਅਖੀਲੇ ਟਾਈਮਸ ਆ ਇਹ ਸਵਾਲ ਆਪਾਂ ਪੁੱਛਦੇ ਆ ਆਹ ਅਖੀਲੇ ਟਾਈਮਸ ਆ ਥੀਸ ਦਾ ਐਂਡ ਡੇਸ ਤੇ ਆਪਾਂ ਸਾਇੰਸ ਵਿੱਚੋਂ ਦੇਖ ਕੇ ਦੱਸਦੇ ਆ ਜਿੱਦਾਂ ਆਪਾਂ ਹਰੇਕ ਵੀਕੇ ਦੱਸਦੇ ਆਏ ਤਾਂ ਆਪਾਂ ਦੱਸਣਾ ਕੀ ਆ ਵੇ ਸਾਡੇ ਮਨਾਂ ਦੇ ਵਿੱਚ ਬਹਿ ਜਵੇ ਕਰਕੇ ਬਹੁਤ ਲੋਕੀ ਭਲੇਖੇ ਦੇ ਵਿੱਚ ਖਾਂਦੇ ਆ ਪਰ ਯਿਸੂ ਮਸੀਹ ਕਹਿੰਦਾ ਸੀ ਭਲੇਖੇ ਦੇ ਵਿੱਚ ਨਾ ਆਇਓ ਬਹੁਤ ਲੋਕੀ ਆਉਣੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਧੋਖਾ ਦੇਣਾ ਹੈ ਜਿਨ੍ਹਾਂ ਨੇ ਤੁਹਾਨੂੰ ਡਿਸੀਵ ਕਰ ਜਾਣਾ ਉਹ ਕਹਿੰਦਾ ਜਿਹੜੇ ਬਲੀਵ ਕਰਦੇ ਉਹਨਾਂ ਨੂੰ ਵੀ ਡਿਸੀਵ ਕਰ ਜਾਣਾ ਇਸ ਕਰਕੇ ਆਪਾਂ ਨੂੰ ਖਿਆਲ ਰੱਖਣ ਦੀ ਜਰੂਰਤ ਹੈ ਇੱਕ ਜਿਹੜੀ ਚੀਜ਼ ਸਾਨੂੰ ਬਚਾ ਸਕਦੀ ਆ ਡਿਸੈਪਸ਼ਨ ਤੋਂ ਧੋਖੇ ਤੋਂ ਉਹ ਹੈਗੀ ਬਾਈਬਲ ਜਦੋਂ ਅਸੀਂ ਬਾਈਬਲ ਦੇ ਵਿੱਚੋਂ ਚੀਜ਼ਾਂ ਚੈੱਕ ਕਰਦੇ ਆ ਸਾਨੂੰ ਪਤਾ ਆ ਵੀ ਸਭ ਕੁਝ ਠੀਕ ਆ ਇਹ ਕਰੈਕਟ ਆ ਤੇ ਇਸ ਕਰਕੇ ਸਾਨੂੰ ਬਾਈਬਲ ਦੇ ਵਿੱਚੋਂ ਚੈੱਕ ਕਰਨ ਦੀ ਜਰੂਰਤ ਆ ਤੇ ਜਦੋਂ ਅਸੀਂ ਬਾਈਬਲ ਦੇ ਵਿੱਚੋਂ ਅਜਿਹਾ ਦੇਖ ਕੇ ਚੈੱਕ ਕਰਦੇ ਆ ਫਿਰ ਸਾਨੂੰ ਕੱਲੀ ਇੱਕ ਅਜਿਹਾ ਨਹੀਂ ਕਿੰਨਿਆ ਅਜਿਹਾ ਚਾਹੀਦਿਆਂ ਆ ਤਾਂ ਹੀ ਅਸੀਂ ਬਹੁਤ ਅਜਿਹਾ ਦੇਖ ਹਾਲਦੇ ਹੁੰਨੇ ਆ ਜਿਹਦੇ ਨਾਲ ਅਸੀਂ ਸ਼ੋਰ ਹੋ ਸਕਦੇ ਆ ਕਰਕੇ ਜੇ ਅਸੀਂ ਇੱਕ ਅਜਿਹਾ ਇਹ ਕਈ ਵਰੀਏਸ਼ਨ ਉਹ ਟਵਿਸਟ ਕਰਕੇ ਘੁਮਾ ਕੇ ਉਹਦਾ ਜਿਹੜਾ ਮਰਜ਼ੀ ਮਤਲਬ ਕੱਢ ਸਕਦੇ ਹੋ ਪਰ ਜਦੋਂ ਅਸੀਂ ਦੂਸਰੀ ਅਜ ਤਾਂ ਨਾਲ ਰੌਣੇ ਆ ਫਿਰ ਸਾਨੂੰ ਪਤਾ ਲੱਗਣਾ ਪੈਂਦਾ ਵੀ ਇਹਦਾ ਮਤਲਬ ਇਹ ਨਹੀਂ ਸੀ ਆ ਡਿਫਰੈਂਸ ਹੈਗਾ ਇਹਦਾ ਇੱਕ ਜੇ ਮੈਂ ਦੱਸਾਂ ਮਿਸਾਲ ਇਹ ਹੁੰਦਾ ਆ ਜੇ ਮੈਂ ਕੋਈ ਗੱਲਾਂ ਕਰਦਾ ਤੁਹਾਡੇ ਨਾਲ ਤੁਸੀਂ ਉਹਦੇ ਵਿੱਚੋਂ ਇੱਕ ਗੱਲ ਲੈ ਲਈ ਆ ਫਿਰ ਤੁਸੀਂ ਕਹਿੰਦੇ ਜਗਦੀਸ਼ ਇਦਾਂ ਕਹਿੰਦਾ ਸੀ ਪਰ ਤੁਸੀਂ ਇਹ ਨਹੀਂ ਦੱਸਿਆ ਪਹਿਲਾਂ ਉਹਨੇ ਕੀ ਕਿਹਾ ਸੀ ਬਾਅਦ ਵਿੱਚ ਉਹਨੇ ਕੀ ਕਿਹਾ ਸੀ ওকে ਸੋ ਜੇ ਗੱਬਿਆਂ ਇੱਕ ਅੱਖ ਲੈ ਲਿਆ ਉਹ ਕਈ ਵਾਰੀ ਬਹੁਤ ਖਰਾਬ ਲੱਗਣਾ ਪਰ ਜੇ ਅਸੀਂ ਉਹਨੂੰ ਕੰਟੈਕਸਟ ਦੇ ਵਿੱਚ ਲੈ ਚਲੀਏ ਵੀ ਉਹ ਕਿੱਥੇ ਕਿਹਾ ਗਿਆ ਸੀ ਕਾਹਤੇ ਕਿਹਾ ਗਿਆ ਸੀਗਾ ਤਾਂ ਫੇਰ ਸਾਨੂੰ ਇਹ ਸਮਝ ਲੱਗਣੀ ਆ ਸੋ ਇਸ ਕਰਕੇ ਬਾਈਬਲ ਦੇ ਵਿੱਚੋਂ ਆਪਾਂ ਨੂੰ ਕੰਪਲੀਟਲੀ ਦੇਖਣ ਦੀ ਜ਼ਰੂਰਤ ਆ ਕਿ ਨਹੀਂ ਅੱਜ ਤਾਂ ਚੈੱਕ ਕਰਨ ਦੀ ਜ਼ਰੂਰਤ ਆ ਫੇਰ ਅਸੀਂ ਦੇਖਦੇ ਹਾਂ ਸਹੀ ਟਾਈਮ ਕੀ ਆ ਜਿਹੜਾ ਅੱਜ ਦਾ ਆਪਾਂ ਦੇਖਣ ਲੱਗੇ ਆ ਦੁਨੀਆਂ ਦੇ ਵਿੱਚ ਇੱਕ ਆਦਮੀ ਨੇ ਆਉਣਾ ਆ ਜਿਹਨੂੰ ਸਾਡੇ ਅਦਰ ਦਾ ਮੈਨ ਆਫ sin ਪਾਪ ਦਾ ਆਦਮੀ ਓਕੇ ਤੇ ਜਾਂ ਉਹਨੂੰ ਕਿ ਸਾਡੇ ਹੈਗੇ ਦੁਨੀਆ ਵਿੱਚ ਦਾ ਵਰਲਡ ਰੂਲਰ ਜਿਹੜਾ ਦੁਨੀਆ ਦੇ ਵਿੱਚ ਰੂਲ ਕਰ ਰਿਹਾ ਯਿਸੂ ਮਸੀਹ ਕਹਿੰਦਾ ਸੀ ਜਿਹੜਾ ਦੁਨੀਆ ਦਾ ਸਰਦਾਰ ਆ ਓਕੇ ਸੋ ਇਥੇ ਉਹਦੇ ਕਈ ਨਾਮ ਆ ਪਰ ਮੈਂ ਦੋ ਤਿੰਨ ਨਾਮ ਇਥੇ ਤੁਹਾਨੂੰ ਦੱਸਦਾ ਦੁਨੀਆ ਦਾ ਸਰਦਾਰ ਟੂ ਵਰਲਡ ਰੂਲਰ ਦਾ ਮੈਨ ਆਫ sin ਓਕੇ ਦਾ ਮੈਨ ਹੂ ਬ੍ਰਿੰਗਸ uh, he will he will bring peace for a for a short while ਉਹ ਸਾਧਵੀ ਨੇ ਸ਼ਾਂਤੀ ਵੀ ਦੁਨੀਆ ਵਿੱਚ ਲੈ ਆਉਣੀ ਥੋੜੀ ਹੈ ਪਰ ਬੜਾ ਚਿਰ ਨਹੀਂ ਉਹ ਲਾਸਟ ਕਰਨੀ ਹੈਗੀ ਛੇਤੀ ਡਿਸਟਰਬ ਹੋ ਜਾਣੀ ਹੈ ਐਂ ਹੀ ਇਜ਼ ਆਲਸੋ ਕਾਲਡ ਦ ਗੋਡ ਆਫ ਥਿਸ ਵਰਲਡ ਪੌਲ ਉਹ ਨੂੰ ਸਾਦਾ ਹੈ ਦ ਗੋਡ ਆਫ ਥਿਸ ਵਰਲਡ ਐਸ ਦੁਨੀਆ ਦਾ ਰੱਬ ਓਕੇ ਸੋ ਉਹਦੇ ਕਈ ਨਾਂ ਆ ਤੇ ਪਰ ਆਹ ਥੋੜੀ ਜਿਹੜੇ ਬੁੱਕ ਆਫ ਰੈਵਿਲੇਸ਼ਨ ਦੇ ਵਿੱਚ ਤੇ ਹਰੇਕ ਹੈ ਜੀ ਉਹਨਾਂ ਦੇ ਵਿੱਚੋਂ ਮੈਂ ਥੋੜੀ ਜਿਆਦਾ ਦੱਸਿਆ ਜਿੱਦਾਂ ਸਰਿੰਦਰ ਨੇ ਪੜ੍ਹ ਕੇ ਆਪਾਂ ਨੂੰ ਸੁਣਾਇਆ ਬੁੱਕ ਆਫ ਰੈਵਿਲੇਸ਼ਨ ਚੈਪਟਰ 13 ਤੁਸੀਂ ਇਹ ਪੜ੍ਹਨਾ ਹੈ ਇਹਦੇ ਵਿੱਚੋਂ ਬਹੁਤ ਲਿਖਿਆ ਹੈ ਉਹਦੇ ਬਾਰੇ ਜਦੋਂ ਉਹ ਆਇਆ ਹੋਇਆ ਇਸ ਦੁਨੀਆ ਦੇ ਵਿੱਚ ਕੀ ਹੋਣਾ ਹੈ ਤੇ ਸੋ ਜਦੋਂ ਉਹ ਆਇਆ ਹੋਇਆ ਸਾਨੂੰ ਇਦਾਂ ਲੱਗਣਾ ਬਈ ਕਿ ਜਿੱਦਾਂ ਗ੍ਰੇਟ ਵਰਲਡ ਰੂਲਰ ਆ ਗਿਆ ਪਰ ਜਿਵੇਂ ਸੀ ਬਾਈਬਲ ਦੇ ਨਾਲ ਚੈੱਕ ਕਰਕੇ ਦੇਖਿਆ ਸਾਨੂੰ ਪਤਾ ਲੱਗਣਾ ਹੈ ਬੀ ਉਹ ਇੱਕ ਧੋਖੇ ਵਾਲਾ ਆ ਸਾਨੂੰ ਡਿਸੀਵ ਕਰਨ ਆਇਆ ਜਿੱਦਾਂ ਉਹ ਦੇਖਣ ਨੂੰ ਲੱਗਦਾ ਉਹ ਉਦਾਂ ਨਹੀਂ ਉਹਨੇ ਹੁਣ ਹੈਗਾ ਥੋੜਾ ਟਾਈਮ ਪਾ ਕੇ ਉਹਨੇ ਬਦਲ ਜਾਣਾ ਤੇ ਇਸ ਕਰਕੇ ਸਾਨੂੰ ਉਹ ਪਛਾਣਣ ਦੀ ਜਰੂਰਤ ਆ ਅਸੀਂ ਉਹ ਆਦਮੀ ਨੂੰ ਪਛਾਣ ਸਕੀਏ ਬਾਈ ਗੁਰੂਨ ਸਾਡੀਆ ਦਰਿੰਦਾ ਬੀਸਟ ਓਕੇ ਤੇ ਉਹ ਬੀਸਟ ਨਹੀਂ ਹੈਗਾ ਸੋ ਇਹੇ ਸਾਨੂੰ ਦੇਖਣ ਦੀ ਜੋ ਦੇਖਣ ਨੂੰ ਬੀਸ ਨਹੀਂ ਲੱਗਣਾ ਦੇਖਣ ਨੂੰ ਦਰਿੰਦਾ ਨਹੀਂ ਲੱਗਣਾ ਹੈਗਾ ਦੇਖਣ ਨੂੰ ਬਹੁਤ ਹੈਂਡਸਮ ਮੈਨ ਲੱਗਣਾ ਬਹੁਤ ਸੋਹਣਾ ਸੁੰਦਰ ਆਦਮੀ ਲੱਗਣਾ ਪਰ ਉਹਦੇ ਨੇਚਰ ਦੀ ਗੱਲ ਬਾਅਦ ਉਹ ਕਰਦਾ ਹੈ ਉਹਦੀ ਨੇਚਰ ਕਿਦਾਂ ਦਾ ਹੋਣਾ ਗੋਇੰਗ ਟੂ ਬੀ ਲਾਈਕ ਅ ਬੀਸਟ ਕਈ ਵਾਰੀ ਇੱਥੇ ਜਦੋਂ ਅ ਇੰਗਰੀਜੀ ਦੇ ਵਿੱਚ ਗੱਲ ਕਰਦੇ ਉਹ ਕਹਿੰਦਾ ਹੀ ਇਟਸ ਲਾਈਕ ਅ ਬੀਸਟ ਉਹੋ ਦਰਿੰਦੇ ਵਰਗਾ ਸੋ ਇਹ ਰਹੀ ਆਪਾਂ ਨੂੰ ਬਾਈਬਲ ਥੋੜੀ ਜਿਹੀ ਸਕਾਲ ਦੀ ਆਪਾਂ ਇਹਨਾਂ ਦੇ ਬਾਰੇ ਦੇਖਣਾ ਆ ਸੇ ਸਾਨੂੰ ਪਤਾ ਲੱਗਣ ਲੱਪ ਹੋਵੇ ਤੇ ਅਸੀਂ ਫਿਰ ਉਹ ਟਾਈਮ ਪਛਾਣ ਸਕੀਏ ਜਿਹੜੇ ਅਖੀਲੇ ਟਾਈਮ ਹੋਣਾ ਕਿਸੇ ਨੂੰ ਵੀ ਪਤਾ ਨਹੀਂ ਹੈਗਾ ਕਿਹੜੇ ਸਾਲ ਵਿੱਚ ਆਉਣਾ ਕਿਹੜੀ ਘੜੀ ਦੇ ਵਿੱਚ ਆਉਣਾ ਯਿਸੂ ਮਸੀਹ ਨੇ ਮੁੜ ਕੇ ਜੇ ਆਪਾਂ ਨੂੰ ਪਤਾ ਹੋ ਜੇ ਆਪਾਂ ਸ਼ੁਰੂ ਕੀਤਾ ਸੀ ਆਪਾਂ ਇਹ ਦੇਖਦੇ ਸੀਗੇ ਯਿਸੂ ਮਸੀਹ ਪਹਾੜ ਦੇ ਉੱਤੇ ਬੈਠਾ ਆ ਤੇ ਚੇਲੇ ਉਹਦੇ ਕੋ ਆਏ ਆ ਤੇ ਉਹਨੂੰ ਆ ਕੇ ਪੁੱਛਦੇ ਆ ਕਹਿੰਦੇ ਸਾਨੂੰ ਦੱਸ ਅਖੀਰਲੇ ਦਿਨਾਂ ਦੇ ਸਾਈਨ ਕੀ ਹੋਣਗੇ ਓਕੇ ਸੋ ਜੋ ਆਪਾਂ ਦੇਖ ਰਹੇ ਹਾਂ ਉਹ ਖੀਲੇ ਦਿਨਾਂ ਦੇ ਸਾਈਨ ਆ ਪਹਿਲੀ ਜੀਸਸ ਨੇ ਪਹਿਲੀ ਚੀਜ਼ ਉਹਨਾਂ ਨੂੰ ਕਹੀ ਸੀ ਕਿਹਦਾ ਖਬਰਦਾਰ ਹੋਵੋ ਬੀ ਅਲਰਟ ਡੋਨਟ ਬੀ ਡਿਸੀਵਡ ਧੋਖੇ ਵਿੱਚ ਨਾ ਆ ਜਾਓ ਓਕੇ ਸੋ ਇਹਦਾ ਮਤਲਬ ਸਾਨੂੰ ਖਬਰਦਾਰ ਹੋਣ ਦੀ ਜਰੂਰਤ ਆ ਧੋਖੇ ਵਿੱਚ ਨਾ ਆ ਜਾਈਏ ਕੇਅਰਫੁਲ ਹੋਣ ਦੀ ਜਰੂਰਤ ਆ ਤਾਂ ਫੇਰ ਅਸੀਂ ਰ ਰ ਸਖਦੇ ਸਹੀ ਜਗ੍ਹਾ ਦੇ ਵਿੱਚ ਸੋ ਇਹ ਆਪਾਂ ਨੂੰ ਇਥੇ ਕੇ ਫਿਰ ਦੱਸਦਾ ਅੱਜ ਪ੍ਰਕਾਸ਼ ਦੀ ਪੋਥੀ ਉਹਦੇ 13ਵੇਂ ਚੈਪਟਰ ਦੇ ਵਿੱਚੋਂ ਆਪਾਂ ਥੋੜੀ ਜਿਹੀ ਅੱਜ ਤਾਂ ਪੜਾਂਗੇ ਤੇ ਉਹਦੇ ਵਿੱਚੋਂ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਸਮਝਾਉਣ ਦੀ ਪਰ ਤੁਸੀਂ ਵੀ ਇਹ ਚੈਪਟਰ ਪੜਨਾ ਹੈ ਤੇ ਹੋ ਸਕਦਾ ਤੁਹਾਨੂੰ ਕਈ ਚੀਜ਼ਾਂ ਉਹਦੇ ਵਿੱਚ ਮਿਲ ਜਾਣ ਜਿਹੜੀਆਂ ਮੈਂ ਤੁਹਾਨੂੰ ਨਹੀਂ ਦੱਸਣੀਆਂ ਹੈਗੇ ਜਾਂ ਮੈਨੂੰ ਨਹੀਂ ਪਤਾ ਹੈਗਾ ਤੇ ਪਰ ਤੁਹਾਨੂੰ ਹੋਲੀ ਸਪਿਰਿਟਸ ਕਾ ਸਕਦਾ ਹੈ ਦ ਸਪਿਰਿਟ ਆਫ ਦ ਲਿਵਿੰਗ ਆਰਟ ਕੇ ਟੀਚਰ ਜੇ ਸਿੱਖਣ ਨੂੰ ਤਿਆਰ ਆ। ਸੋ ਪਹਿਲੀ ਤੇ ਦੂਜੀ ਆਇਤ ਆਪਣੇ ਵਾਸਤੇ ਸ੍ਰਿੰਦਰ ਪੰਜਾਬੀ ਵਿੱਚ ਪੜ੍ਹੂਗੀ। ਸ੍ਰਿੰਦਰ ਬੁੱਕ ਰੀਡ ਰੀਡ ਰੈਵਿਲੇਸ਼ਨ ਚੈਪਟਰ 13 ਵੇਸ 1 ਐਂਡ 2। ਹਾਂਜੀ। ਕਾਸ਼ਦੀ ਪੋਥੀ 13ਵਾਂ ਚੈਪਟਰ ਉਹਦੀਆਂ ਪਹਿਲੀਆਂ ਦੋ ਆਇਤਾਂ। ਦੋ ਦਰਿੰਦੇ। ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦੇ ਦੇਖਾ ਜਿਹਦੇ 10 ਇੰਚ ਅਤੇ 7 ਸਿਰਸਨ। ਉਹਦੀਆਂ ਸਿੰਜਾਂ ਉੱਤੇ 10 ਮੁਕਟ ਅਤੇ ਉਹਦੀਆਂ ਸਿਰਾਂ ਉੱਤੇ ਕੋਫਰ ਦੇ ਨਾਂ ਸਨ। ਅਤੇ ਜਿਹੜਾ ਦਰਿੰਦਾ ਮੈਂ ਡਿਠਾ ਉਹ ਚਿੱਤੇ ਵਰਗਾ ਸੀ ਅਤੇ ਉਹਦੇ ਪੈਰ ਰੱਚਦਿਆਂ ਪੈਰਾਂ ਜੈ ਸਨ ਅਤੇ ਉਹਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਜਿਹਾ ਸੀ ਅਤੇ ਅਜਗਰ ਨੇ ਆਪਣੀ ਸਮਰਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖਤਿਆਰ ਉਹਨੂੰ ਦੇ ਦਿੱਤਾ ਆਮੇ ਸੋਈ ਤੇ ਇੱਕ ਦਸਾ ਇੱਕ ਆਦਮੀ ਨੇ ਹੁਣ ਆਇਆ ਪਰ ਉਹਨੇ ਕਿਹਾ ਸਮੁੰਦਰ ਦੇ ਵਿੱਚੋਂ ਨਿਕਲਣਾ ਉਹਦਾ ਕੀ ਮਤਲਬ ਯੂ ਨੋ ਜੇ ਆਪਾਂ ਦੇਖਣਾ ਹੋਵੇ ਨਾ ਆਦਮੀ ਬਹੁਤ ਇਕੱਠੇ ਹੋਏ ਦਿਖਣਾ ਸੀ ਸੁੰਦਰ ਵਰਗੇ ਲੱਗਦੇ ਆ। ਕਈ ਇਥੇ ਹੀ ਪ੍ਰਕਾਸ਼ ਦੀ ਪੋਥੀ ਵਿੱਚ ਵੀ ਲਿਖਿਆ ਲੋਕੀ ਇੰਨੇ ਇਕੱਠੇ ਹੋਏ ਸੀ ਜਿੱਦਾਂ ਸਮੁੰਦਰ ਹੁੰਦਾ। ਉਹ ਆਮ ਲੋਕਾਂ ਦੇ ਵਿੱਚੋਂ ਉਹਨੇ ਨਿਕਲਣਾ ਆ। ਓਕੇ ਸੋ ਥਿਸ ਆਈ ਸਟੂਡ ਐਂਡ ਸਟੈਂਡਿੰਗ ਆ ਸੋ ਅ ਬੀਸਟ। ਓਕੇ ਉਹਨੇ ਬੀਸ ਜਿਦਾ ਮੈਂ ਕਿਹਾ ਸੀਗਾ ਦੇਖਣ ਨੂੰ ਨਹੀਂ ਲੱਗਣਾ ਹੈਗਾ। ਦੇਖਣ ਨੂੰ ਬਹੁਤ ਸੋਹਣਾ ਆਦਮੀ ਲੱਗਣਾ ਆ। ਪਰ ਉਹਦਾ ਨੇਚਰ ਇਦਾਂ ਹੁੰਦਾ ਰਾਈジング ਅਪ ਅਪ ਫਰਮ ਦਾ ਫਰਮ ਦਾ ਸੀ ਸਮੁੰਦਰ ਦੇ ਵਿੱਚੋਂ ਲੋਕਾਂ ਦੇ ਵਿੱਚੋਂ ਹੀ ਉਹਨੇ ਨਿਕਲਣਾ ਹੈ ਹੈਵਿੰਗ ਸੈਵਨ ਹੈਡਸ ਐਂਡ ਟੈਨ ਹੌਰਨਸ ਤੇ ਸੋ ਇਥੇ ਆਪਾਂ ਨੂੰ ਦੱਸਦਾ ਜਿੱਥੋਂ ਉਹਨੇ ਨਿਕਲਣਾ ਹੈ ਉਥੇ ਇੱਕ ਏਰੀਆ ਦਾ ਨਾਂ ਹੈ ਜਿੱਦਾਂ ਸੱਤ ਉਥੇ ਚੀਜ਼ਾਂ ਸੱਤ ਪਹਾੜ ਹੈ ਜਾਂ ਸੱਤ ਸਹਿਰ ਹੈ ਜਿੱਥੋਂ ਉਹਨੇ ਨਿਕਲਣਾ ਹੈ ਓਕੇ ਸੋ ਇਹ ਵੀ ਆਪਾਂ ਨੂੰ ਖਿਆਲ ਰੱਖਣ ਦੀ ਜ਼ਰੂਰਤ ਆ ਜਿਹੜੀ ਜਗ੍ਹਾ ਦੇ ਵਿੱਚ ਉੱਥੇ ਨਿਕਲਣਾ ਉੱਥੇ ਸੱਤ ਪਹਾੜੀਆਂ ਜਾਂ ਸੱਤ ਚੀਜ਼ਾਂ ਆ ਓਕੇ ਐਂਡ ਹੀ ਹੈਸ 10 ਹੌਰਨਸ ਦਸ ਉਹਦੇ ਸਿੰਗੇ ਜਦੋਂ ਆਪਾਂ 올 ਟੈਸਟ ਵਿੱਚ ਸਟੱਡੀ ਕਰਕੇ ਦੇਖਦੇ ਆ ਸਿੰਗਾ ਦੇ ਬਾਰੇ ਉਹ ਗੱਲ ਕਰਦਾ ਜਦੋਂ ਰਾਜਾ ਹੋਵੇ ਜਿਹੜਾ ਰੂਲ ਕਰਨ ਵਾਲਾ ਹੋਵੇ ਉਹਦੀ ਗੱਲ ਕਰ ਰਿਹਾ ਆ ਸੋ ਦਸਾਂ ਜਾਣਿਆਂ ਨੇ ਦਸਾਂ ਮੁਲਖਾਂ ਨੇ ਜਿਹਦਾ ਮੈਨੂੰ ਸਮਝ ਲੱਗਦੀ ਆ ਦਸਾ ਮਲਕਾਂ ਨੇ ਉਹਨਾਂ ਨੂੰ ਆਪਣਾ ਉਹਨੀ ਉਹਨੂੰ ਰਾਜਾ ਬਣਾ ਲੈਣਾ ਹੀ ਵਿਲ ਬੀ ਕਿੰਗ ઓ ਰੂਲਰ ਓਵਰ 10 ਕੰਟਰੀਜ਼ ਸੋ ਇਹ ਹੈ ਉਹਦਾ ਨਿਸ਼ਾਨ ਹੋਣਾ ਜਦੋਂ ਇੱਕ ਆਦਮੀ ਨਿਕਲਿਆ ਜਿਹਦਾ ਨੇਚਰ ਬੀਸਟਾਰਗਾ ਪਰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਆ ਤੇ ਉਹ ਜਦੋਂ ਉਹਨੇ ਨਿਕੜਾ ਹੈਗਾ ਜਿੱਥੇ ਸੱਤ ਪਹਾੜੀਆਂ ਆ ਜਾਂ ਸੱਤ ਚੀਜਾਂ ਜਿਨ੍ਹਾਂ ਦੇ ਵਿੱਚੋਂ ਨਿਕਲਦਾ ਆ ਤਾਂ ਫੇ ਉਹਨੂੰ ਦਸਾਂ ਮਲਖਾਂ ਨੇ ਉਹਨੂੰ ਆਪਣਾ ਰਾਜਾ ਬਣਾ ਲੈਣਾ ਸੋ ਇੱਥੇ ਉਹ ਸਾਨੂੰ ਇਹ ਦੱਸਦਾ ਐਂਡ ਦਾ ਹੋਨਸ ਐਂਡ 10 ਕਰਾਉਨਸ ওকে ਸੋ ਹੋਨਸ ਸਾਨੂੰ ਇਹਨ ਪੱਕਾ ਪਤਾ ਪੱਕਾ ਲਾ ਪੈਂਦਾ ਪਤਾ ਪੱਕਾ ਲੱਗਣ ਲਾ ਪੈਂਦਾ ਉਹਦੇ ਜਿਹੜੇ ਕਰਾਉਨਸ ਕਹਤੇ ਹੁੰਦਾ ਰਾਜੇ ਦੇ ਕਰਾਉਨ ਆਇਆ ਹੁੰਦਾ ਪਰ ਉਹ ਕੋ ਦਸ ਆ ਸੋ ਹਾਂਜੀ ਤਾਜ ਤਾਜ ਉਹ ਕੋ ਦਸ ਤਾਜ ਆ ਸੋ ਉਹ ਦਾ ਮਤਲਬ ਦਸਮ ਮੋਲਕਾਂਤੀ ਉਹ ਰਾਜ ਕਰ ਰਿਹਾ ਹੈ ਐਂਡ ਓਨ ਹਿਸ ਹੈਡ ਅ ਬਲੈਸ਼ਫੇਮਸ ਨੇਮ ਤੇ ਇੱਕ ਉਹਦਾ ਨਾਂ ਰੱਖਿਆ ਗਿਆ ਜਿਹੜਾ ਕੁਫਰਤ ਆ ਜਿਹੜਾ ਉਹਨੇ ਨਾਂ ਰੱਖਿਆ ਪਰ ਉਹਦਾ ਨਾਂ ਰਾਈਟ ਹੈ ਨਹੀਂ ਉਸ ਨਾਂ ਵਾਸਤੇ ਓਕੇ ਹੋ ਖੂਸਾ ਦਾ ਯਿਸੂ ਬਸੀ ਦਾ ਨਾਂ ਹੋਵੇ ਹੋ ਸਕਦਾ ਪਰਮੇਸ਼ੂ ਪਿਤਾ ਜੀ ਦਾ ਨਾਂ ਹੋਵੇ ਐਡਾ ਨਾ ਉਹਨੇ ਕੋਈ ਆਪਣਾ ਨਾਂ ਰੱਖਣਾ ਆ ਸੋ ਆਪਾਂ ਉਹਨੂੰ ਇਹ ਚੀਜ਼ਾਂ ਨੂੰ ਫੇਰ ਪਛਾਣ ਹੋ ਜਾਣਾ ਆ ਬਈ ਉਹ ਇਹ ਉਹ ਯਾਦ ਇਹ ਦੇ ਬੀਸ ਦੀ ਗੱਲ ਕਰ ਰਿਹਾ ਨਾਉ ਦ ਬੀਸ ਟ ਵਿਚ ਆਈ ਸੋ ਵਾਸ ਲਾਈਕ ਅ ਲੈਪਰਡ ਓਕੇ ਉਹ ਇੱਕ ਲੈਪਰਡ ਵਰਗਾ ਸਿਗਾ ਲੈਪਰਡ ਕੀ ਹੁੰਦਾ ਚਿੱਤਾ ਆਪਰੇ ਪੰਜਾਬੀ ਵਿੱਚ ਚਿੱਤਾ ਕਹਿੰਦੇ ਆ ਉਹ ਬਹੁਤ ਤੇਜ਼ ਹੁੰਦਾ ਇਸ ਵਨ ਆਫ ਦ ਫਾਸਟਸ ਐਨੀਮਲਸ ਇਨ ਦ ਜੰਗਲ ਉਹ ਇੰਨਾ ਤੇਜ਼ ਨੱਟ ਸਕਦਾ ਆ ਕੋਈ ਹੋਰ ਕੋਈ ਪਸ਼ੂ ਉਹਦੇ ਉਹਦੇ ਨਾਲ ਰੜ ਨਹੀਂ ਸਕਦਾ ਜਦੋਂ ਆਪਾਂ ਪ੍ਰੋਗਰਾਮ ਕਈ ਵਾਰੀ ਦੇਖਦੇ ਹੁੰਦੇ ਵਾਇਲਡ ਪ੍ਰੋਗਰਾਮ ਦਿਖਾਉਦੇ ਹੁੰਦੇ ਆ ਤੇ ਦੱਸਦੇ ਹੁੰਦੇ ਆ ਕਿ ਉਹ ਗੋ ਅਪ ਟੂ 45 ਮਾਈਲਸ ਅਨਾਂਵਾ ਬਹੁਤ ਨੱਟ ਸਕਾਲੀ ਸਵੇਦਰ ਮਾਥੂ ਉਹਨੇ ਬਹੁਤ ਕਾਲੀ ਚੀਜ਼ਾਂ ਖਾਨੀਆਂ ਹੀ ਇਜ਼ ਗੋਟ ਬੀ ਵੈਰੀ ਫਾਸਟ ਓਕੇ ਸੋ ਸਾਨੂੰ ਇਥੇ ਯਾਦ ਰੱਖਣ ਦੀ ਜ਼ਰੂਰਤ ਆ ਉਹਦੀ ਹਿਸ ਫੀਟ ਵਿਲ ਬੀ ਲਾਈਕ ਦ ਫੀਟ ਆਫ ਅ ਬੇਅਰ ਤੇ ਉਹਦੇ ਪੈਰ ਰੇਸ਼ ਵਰਗੇ ਹੋਣੇ ਆ ਜਿੱਥੇ ਉਹ ਰੱਖ ਲੀਦਾ ਹਿੱਲਦਾ ਨਹੀਂ ਬਰੇਸ਼ ਜਿੱਥੇ ਤੇ ਹਿਲਦਾ ਨਹੀਂ ਹੈਗਾ ਓਕੇ ਉਹਦੇ ਪੈਰ ਉਹ ਥੱਲੇ ਖੋ ਬੋ ਲਿੰਦਾ ਆਪਣੇ ਨੋ ਥੱਲੇ ਧਰਤੀ ਦੇ ਖੋ ਜਿੰਦਾ ਹਿਲਦਾ ਨਹੀਂ ਹੈਗਾ ਹੈ ਦੀ ਸਮਾਉਥ ਇਸ ਗੋਟ ਬੀ ਲਾਈਕ ਅ ਲਾਇਓਰ ਉਹਦਾ ਮੂੰਹ ਸ਼ੇਰ ਵਰਗਾ ਹੋਣਾ ਕੀ ਮਤਲਬ ਜਦੋਂ ਸ਼ੇਰ ਬੱਬ ਮਾਰਦਾ ਆ ਤੇ ਸਾਇੰਟਿਸਟ ਦੱਸਦੇ ਲੋਕੀ ਦੱਸਦੇ ਕਿੰਦੇ 5 ਮੀਲ ਤੱਕ ਉਹਦੀ ਬੱਬ ਸੁਣ ਪੈਂਦੀ ਆ ਸੋ ਇਥੇ ਜਦੋਂ ਉਹਦੀ ਬੱਬ ਸੁਣਨੀ ਆ ਲੋਕਾਂ ਨੇ ਡਰਨ ਲੱਪਣਾ ਦੇ ਅ ਬੀ ਫਰਾਈਟਡ ਆਫ ਹਿਮ ਓਕੇ ਦਾ ਡਰੈਗਨ ਗਿਵਸ ਹਿਮ ਦਾ ਪਾਵਰ ਸ਼ਟਾਨ ਦਾ ਨਾ ਡਰੈਗਨ ਆ ਉਹ ਉਹਨੂੰ ਸ਼ਕਤੀ ਦਿੰਦਾ ਆ ਤੇ ਉਹਨੇ ਉਹਨੂੰ ਆਪਣਾ ਤਖਤ ਵੀ ਦਿੱਤਾ ਆ ਉਹ ਸ਼ਟਾਨ ਕੌਣ ਆ ਹੀ ਇਜ਼ ਦਾ ਰੂਲਰ ਆਫ ਦਾ ਵਰਲਡ ਉਹ ਕਪਾਦਾਸ ਕੇਰਦੇ ਸੀ ਹੀ ਇਜ਼ ਦਾ ਰੂਲਰ ਆਫ ਦਾ ਵਰਲਡ he is the he is the man of sin he is the one who is going to bring peace on the earth and he is going to be called the god of the earth oho apna takht onu onu dinda rule karn and he gives him great authority mm -hmm. to onu ikhtiyar bhi bahut dinda hai eh jehda akheel vich aadmi ne hona hai o di tasveer apan nu dikha rahe mm hai -hmm. okay idda na hona hai ਸੋ ਜੇ ਤੁਹਾਨੂੰ ਸਮਝ ਨਹੀਂ ਲੱਗੀ ਹੈਗੀ ਜਖਲੀ ਦਿਮਾਗ 'ਚ ਨਹੀਂ ਪਿਆ ਹੈਗਾ ਰਿਵਿਲੇਸ਼ਨਸ ਚੈਪਟਰ 13 ਵਰਸ 1 ਐਂਡ 2 ਮੋੜ-ਮੋੜ ਕੇ ਪੜਨਾ ਤੇ ਫੇ ਇਹ ਵਿੱਚ ਥੋੜ੍ਹਾ ਟਾਈਮ ਸਪੈਂਡ ਕਰਨਾ ਵੀ ਤੁਹਾਨੂੰ ਸਮਝ ਲੱਗਣ ਲੱਗੇ ਉਹ ਕਿਦਾਂ ਦਾ ਆਦਮੀ ਹੋਣਾ ਹੈ ਖਾਨੂੰ ਕਰਕੇ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਜਦੋਂ ਦੁਨੀਆ 'ਚ ਇਦਾਂ ਦਾ ਕੋਈ ਆਦਮੀ ਆ ਗਿਆ ਅਸੀਂ ਫੇ ਖਬਰਦਾਰ ਹੋ ਜਾਈਏ ਸ ਸਾਨੂੰ ਫੇਰ ਪਤਾ ਲੱਗ ਗਿਆ ਹੁਣ ਅਖੀਰ ਦੇ ਦਿਨ ਆ ਗਿਆ ਓਕੇ ਇਸ ਕਰਕੇ ਸਾਨੂੰ ਇਹ ਚੀਜ਼ਾਂ ਜਾਣਨ ਦੀ ਜ਼ਰੂਰਤ ਆ ਅਸੀਂ ਕੇਅਰਫੁਲ ਹੋ ਸਗੀਏ ਬਹੁਤ ਲੋਕਾਂ ਨੇ ਉਹਦੇ ਮਗਰ ਲੱਗ ਜਾਣਾ ਉਹਨੂੰ ਆਪਣਾ ਦੇਵਤਾ ਬਣਾ ਲੈਣਾ ਉਹਨੂੰ ਰੱਬ ਕਹਿ ਕੇ ਸੱਦਣ ਲੱਪਣਾ ਇਸ ਕਰਕੇ ਸਾਨੂੰ ਪਛਾਣਨ ਦੀ ਜ਼ਰੂਰਤ ਆ ਜੇ ਅਸੀਂ ਪਛਾਣ ਲਿਆ ਫੇਉਨੀ ਸਾਡਾ ਰੱਬ ਨਹੀਂ ਬਣਨਾ ਹੈਗਾ ਅਸੀਂ ਸੱਚੇ ਪਰਮੇਸ਼ਰ ਦੇ ਮਗਰ ਲੱਗੇ ਰਹਿਣਾ ਹੁਣ ਆਪਾਂ ਡੈਨੀਅਲ ਦੀ ਕਿਤਾਬ ਦੇ ਵਿੱਚੋਂ ਉਦਾ ਸਤਮਾ ਚੈਪਟਰ ਤੇ ਉਹਦੀ 7 ਤੇ 8 ਆਇਤ ਪੜਾਂਗੇ ਡੈਨਿਊਲ ਵੀ ਇਹਦੇ ਬਾਰੇ ਕੁਝ ਦੱਸਦਾ ਆ ਤੇ ਆਪਾਂ ਡੈਨਿਊਲ ਦੀ ਕਿਤਾਬ ਦ ਬੁੱਕ ਆਫ ਡੈਨਿਊਲ ਚੈਪਟਰ 7 ਵਰਸ 7 ਐਂਡ 8 ਅੰਜੀ ਡੈਨਿਊਲ ਦੀ ਕਿਤਾਬ ਉਦਾ ਸਤਮਾ ਚੈਪਟਰ 7 ਤੇ 8 ਆਇਤ ਮੈਂ ਪੜਨ ਲੱਗੀ ਆ ਇੱਥੇ ਇਦਾਂ ਲਿਖਿਆ ਇਹਦੇ ਪਿੱਛੋਂ ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿਟਾ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡੱਡਾ ਬਲਵਾਨ ਅਤੇ ਉਹਦੇ ਦੰਦ ਲੋਹੇ ਦੇ ਸਨ ਅਤੇ ਵੱਡੇ 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 ਸਨ ਉਹ ਨਿਗਲੀ ਜਾਂਦਾ ਅਤੇ ਟੁੱਟੇ ਟੁੱਟੇ ਕਰ ਦਿੰਦਾ ਅਤੇ ਵੱਡੇ ਨੂੰ ਆਪਣੇ ਪੈਰਾਂ ਹੈ ਇਠ ਲਟਾੜਦਾ ਸੀ ਅਤੇ ਇਹ ਉਹਨਾਂ ਸਭਨਾ ਦਰਿੰਦਿਆਂ ਨਾਲੋਂ ਜੋ ਉਸਦੇ ਪਹਿਲਾ ਪਹਿਲੇ ਸਾਲ ਬਖਰਾ ਸੀ ਅਤੇ ਉਹਦੇ 10 ਇੰਚ ਸਨ ਮੈਂ ਉਹਨਾਂ ਸਿੰਜਤ ਨੂੰ ਧਿਆਨ ਲਾ ਕੇ ਡਿਠਾ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਘ ਨਿਕਲਿਆ ਜਿਹਦੇ ਅੱਗੇ ਪਹਿਲੇ ਤਿੰਨਾਂ ਵਿੱਚੋਂ ਤਿੰਨ ਸਿੰਝ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਘ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ। ਅਮੇ ਸੋ ਇਥੇ ਪਹਿਲਾਂ ਦੱਸਦਾ ਹਾਂ ਵੀ ਇਹ ਜਿਹੜਾ ਦਰਿੰਦਾ ਹੁਣ ਆ ਆਹੋ ਮਾਰੇ ਗਿਆ ਪਰ ਮੁੜ ਕੇ ਫੇਜਿੰਦਾ ਹੋ ਗਿਆ ਉਹ ਹੋ ਯਿਸੂ ਮਸੀਹ ਦੀ ਕਾਪੀ ਕਾ ਨਹੀਂ ਆਉਣਾ ਕਿਸੇ ਨੇ ਉਹਨੂੰ ਮਾਰ ਦੇਣਾ ਪਰ ਫੇ ਵੀ ਉਹਨ ਮੁੜ ਕੇ ਫੇਜਿੰਦਾ ਹੋ ਗਿਆ ਫਿਰ ਆਪਾਂ ਦੇਖਦੇ ਆਂ ਕੋਦੇ ਨਾਲ ਹੋਰ ਹੁਣ ਆਇਆ ਜਿਹਦੇ ਦੋ ਸਿੰਘ ਹੋਣੇ ਆ ਉਹ ਦੋ ਮੋਰਖਾਂ ਤੇ ਰਾਜ ਕਰਦਾ ਹੋਣਾ ਉਹਨੇ ਉਹਦੇ ਵਾਸਤੇ ਬੋਲਣਾ ਆ ਹੀ ਬੀ ਦ ਵਨ ਹੂ ਵਿਲ ਸਪੀਕ ਫਾਰ ਹਿਮ ਸੋ ਇਥੇ ਆਪਾਂ ਦੇਖਦੇ ਆਂ ਦੋ ਜਣੇ ਨੇ ਹੋ ਜਾਣਾ ਆ ਇੱਕ ਨੇ ਆਪਣੇ ਆਪ ਨੂੰ ਰੱਬ ਬਣਾ ਲੈਣਾ ਆਪਣੇ ਆਪ ਨੂੰ ਵੱਡਾ ਬਣਾ ਲੈਣਾ ਰੂਲਰ ਬਣਾ ਲੈਣਾ ਦੂਸਰੇ ਕਹਿਣਾ ਉਹ ਹੈਗਾ ਹੀ ਇਹ ਰਾਜਾ ਆ ਇਹ ਹੀ ਪਰਮੇਸ਼ੁਰ ਆ ਤੇ ਤੁਸੀਂ ਇਹਦੀ ਪੂਜਾ ਕਰੋ ਉਹਨੇ ਬਹੁਤ ਬੜਬੜੇ ਸਾਈਨ ਬਾਈਬਲ ਜ਼ਾਤੀ ਕਰਕੇ ਦਿਖਾ ਲੈਣੇ ਆ ਉਹ ਕਹਿਣਾ ਮੈਂ ਇਹਦੀ ਸ਼ਕਤੀ ਨਾਲ ਕਰ ਰਿਹਾ ਆ ਕਰਕੇ ਰੱਬ ਆ ਸੋ ਇਥੇ ਆਪਾਂ ਦੇਖਦੇ ਆ ਇੱਕ ਪਿਕਚਰ ਬਣ ਰਹੀ ਆ ਅਖੀਲੇ ਦਿਨਾਂ ਦੀ ਦ੍ਰਿੰਦੇ ਨੇ ਆਉਣਾ ਪਰ ਉਹਦੇ ਨਾਲ ਇੱਕ ਆਦਮੀ ਨੇ ਵੀ ਹੋਰ ਉੱਠਣਾ ਆ ਉਹਦਾ ਨਿਸ਼ਾਨ ਕੀ ਹੁੰਦੇ ਦੋ ਸੈੰਗ ਹੋਣੇ ਦੋ ਦੋ ਮੁਰਖਾਂ ਤੇ ਉਹ ਰਾਜ ਕਰਦਾ ਹੋਣਾ ਤੇ ਉਹਨੇ ਉਹਦੀ ਸ਼ਕਤੀ ਲੈ ਕੇ ਲੋਕਾਂ ਨੂੰ ਸਾਈਨਸ ਐਂਡ ਵੰਡਰਸ ਕਰਕੇ ਦਿਖਾ ਲੜਿਆ ਇਹ ਤਸਵੀਰ ਆਪਾਂ ਨੂੰ ਬਾਈਬਲ ਦਿਖਾ ਲਦੀ ਆ ਵੀ ਅਸੀਂ ਜਾਣਣ ਲੱਗੇ ਉਹ ਟਾਈਮਾਂ ਨੂੰ ਅਖੀਲੇ ਦਿਨਾਂ ਨੂੰ ਜਾਣਣ ਲੱਗੇ ਯਿਸੂ ਮਸੀਹ ਨੇ ਵੀ ਇਹਦੇ ਬਾਰੇ ਦੱਸਿਆ ਸੀ ਜਦੋਂ ਕਹਿੰਦੇ ਡੈਨੀਅਲ ਦੀ ਕਿਤਾਬ ਵਿੱਚੋਂ ਜਾ ਕੇ ਪੜੋ ਤੇ ਆਪਾਂ ਪਿਛਲੇ ਹਫ਼ਤੇ ਵੀ ਦੇਖਿਆ ਇਸ ਡੈਨੀਅਲ ਦੀ ਕਿਤਾਬ ਵਿੱਚੋਂ ਅੱਜ ਫੇਰ ਆਪਾਂ ਦੇਖਿਆ ਜਦੋਂ ਆਪਾਂ ਉਹਨੂੰ ਪਤਾ ਸੀ ਉਦੋਂ ਹਲੇ ਪ੍ਰਕਾਸ਼ ਦੀ ਪੋਥੀ ਲਿਖੀ ਨਹੀਂ ਸੀ ਯਹੂਨਾ ਨੇ ਬਾਅਦ ਬਾਅਦ 60 ਸਾਲ ਬਾਅਦ ਜਾ ਕੇ ਲਿਖਿਆ ਖੁਸਾ ਦਾ 60 ਸਾਲ ਤੋਂ ਵੀ ਜਿਆਦਾ ਗਾਹਾਂ ਜਾ ਕੇ ਲਿਖਿਆ ਪਰ ਇਹ ਜਿਹੜਾ ਜਿਹੜੀ ਡੈਨੀਅਲ ਦੀ ਕਿਤਾਬ ਸੀ ਉਦੋਂ ਸੀਗੀ ਯਿਸੂ ਮਸੀਹ ਦੇ ਟਾਈਮ ਦੇ ਵਿੱਚ ਤੇ ਉਹ ਫੇ ਦੱਸਦਾ ਜਿਹੜੇ ਸੁਣਦੇ ਆ ਵੀ ਤੁਸੀਂ ਡੈਨੀਅਲ ਦੀ ਕਿਤਾਬ ਦੇ ਵਿੱਚ ਜਾ ਕੇ ਪੜੋ ਤੇ ਉਹ ਉਹ ਦੱਸਦਾ ਵੀ ਕਿੱਦਾਂ ਅਸੀਂ ਉਹਦੇ ਵਿੱਚ ਪਾਵਾਂਗੇ ਸੋ ਸਾਡੇ ਵਾਸਤੇ ਇਹ ਦੇਖਣ ਦੀ ਜ਼ਰੂਰਤ ਹੈ ਸਾਨੂੰ ਜਾਣਨ ਦੀ ਜ਼ਰੂਰਤ ਹੈ ਅਸੀਂ ਉਹ ਉਹਨਾਂ ਨੂੰ ਫੇ ਜਦੋਂ ਦੋਹਾ ਨੂੰ ਦੇਖਣਾ ਆ ਫੇ ਸਾਡੇ ਮਾਈਂਡ ਦੇ ਵਿੱਚ ਮੁੜ ਕੇ ਫੇ ਚੀਜ਼ਾਂ ਆਉਣ ਲੱਪਣੀਆਂ ਫੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹ ਰੱਬ ਨਹੀਂ ਹੈਗਾ ਇਹ ਤਾਂ ਦਰਿੰਦਾ ਜਿਹੜਾ ਦੱਸਿਆ ਸੀਗਾ ਉਹ ਹੋਆ the devil wants to destroy wanted to destroy the lord jesus which he couldn't do oh kar nahi sakya na he wants to destroy his church yesu masih nu pehla naash karan di koshish karda si jo duniya te sega yesu masih aaya si oh kar nahi sakya yesu masih ne oh te fate paale fate paake oh ko maut diyan ta jeevan di chabiyan le gaya ਤੇ ਯਿਸੂ ਸੀ ਕਹਿੰਦਾ ਸੀ ਸਾਰੀ ਸ਼ਕਤੀ ਹੁਣ ਮੈਨੂੰ ਦਿੱਤੀ ਗਈ ਆ ਮੇਰੇ ਕੋਲ ਆ ਹੁਣ ਇਥੇ ਉਹ ਚਰਚ ਨੂੰ ਦੇ ਗਿਆ ਤੇ ਚਰਚ ਨੂੰ ਕੋਸ਼ਿਸ਼ ਕਰਦਾ ਡਿਸਟਰੋਏ ਕਰਦੇ ਸ਼ੈਤਾਨ ਦਾ ਜਿਹੜੀ ਲੜਾਈ ਲੱਗੀ ਐ ਇਸ ਵੇਲੇ ਚਰਚ ਦੇ ਦੁਆਲੇ ਆ ਜਿੱਥੇ ਮਰਜੀ ਤੁਸੀਂ ਦੇਖ ਲਓ ਜਿਹੜੇ ਲੋਕਾਂ ਨੂੰ ਸ਼ੈਤਾਨ ਵਰਤ ਰਿਹਾ ਆ ਉਹ 크੍ਰਿਸਚੀਅਨਾਂ ਨੂੰ ਚਰਚ ਨੂੰ ਨਾਸ਼ ਕਰਨ ਦੀ ਜੋ ਕੋਸ਼ਿਸ਼ ਕਰਦੇ ਆ ਯਾਪਾ ਸੋਚ ਕੇ ਦੇਖੀਏ ਜਿਹੜੀ ਚਰਚਾ ਜਿਹੜੀ ਯਿਸੂ ਮਸੀਹ ਦੀ ਕਲੀਸਿਆ ਆ ਉਹ ਤਾਂ ਕਹਿੰਦੇ ਸਾਰਿਆਂ ਨਾਲ ਪਿਆਰ ਕਰੋ ਬਹਿਰੀਆਂ ਨਾਲ ਵੀ ਪਿਆਰ ਕਰੋ ਸਾਰਿਆਂ ਦਾ ਭਲਾ ਕਰੋ ਸਾਰਿਆਂ ਵਾਸਤੇ ਪ੍ਰਾਰਥਨਾ ਕਰੋ ਪਾਪੀਆਂ ਨੂੰ ਮਾਫ ਕਰ ਦਿਓ ਫਿਰ ਕਾਤਿਲ ਲੋਕੀ ਉਹਨਾਂ ਨੂੰ ਸਾਰੇ ਮਾਰਨਾ ਚਾਹੁੰਦੇ ਆ ਕਰਕੇ ਪਿੱਛੇ ਸ਼ੈਤਾਨ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੈਗਾ ਅਕੰਧਿਉ ਤੇ ਉਹਨੇ ਪਰਦਾ ਪਾਇਆ ਤੇ ਉਹਨਾਂ ਨੂੰ ਵਰਤ ਰਿਹਾ ਆ ਉਹ ਉਹਦਾ ਚਰਚ ਦੇ ਨਾਲ ਬਹਿ ਰਿਹਾ ਚਾਚਾ ਨਾਲ ਕੀ ਬਹਿ ਰਿਹਾ ਕਰਕੇ ਯਿਸੂ ਮਸੀਹ ਨੇ ਉਹਦੀ ਸ਼ਕਤੀ ਉਹ ਤੋਂ ਲੈ ਕੇ ਜਿੱਤ ਕੇ ਤੇ ਚਰਚ ਨੂੰ ਦੇ ਗਿਆ ਆ ਇਸ ਕਰਕੇ ਚਰਚ ਦੇ ਨਾਲ ਬਹਿ ਰਿਹਾ ਸੋ ਇਸ ਕਰਕੇ ਆਪਾਂ ਨੂੰ ਬਾਈਬਲ ਦੱਸਦੀ ਆ ਬਹੁਤ ਕਲੀਅਰ ਕੇ ਕੇਅਰਫੁਲੀ ਵੀ ਉਹਦੀ ਲੜਾਈ ਅਖੀਰ ਤੱਕ ਚਾਚੇ ਦੇ ਨਾਲ ਹੀ ਹੋਣੀ ਆ ਪ੍ਰਕਾਸ਼ ਦੀ ਪੋਥੀ ਉਹਦਾ 12ਵਾਂ ਚੈਪਟਰ ਤੇ ਉਹਦੀ ਪਹਿਲੀ ਆਇਤ ਆਪਾਂ ਪੜ੍ਹਾਂਗੇ ਹਾਂਜੀ ਰਿਵਿਲੇਸ਼ਨ ਉਹਦਾ ਚੈਪਟਰ 12 ਐਂਡ ਫਰਸਟ ਵਰਸ ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦ੍ਰਮਾ ਉਹਦੇ ਪੈਰਾਂ ਹੇਠ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ ਆਮੇਨ ਸੋ ਇੱਥੇ ਇੱਕ ਡਿਸਕ੍ਰਾਈਬ ਕਰ ਲਗਾ ਆ ਇੱਕ ਲੇਡੀ ਦਾ ਇੱਕ ਔਰਤ ਦਾ ਡਿਸਕ੍ਰਾਈਬ ਕਰਦਾ ਆ ਤੇ ਰੀਅਲੀ ਉਹ ਚਰਚ ਦਾ ਡਿਸਕ੍ਰਾਈਬ ਕਰਦਾ ਆ ਜਿਹੜੇ ਚਰਚ ਨੂੰ ਆਪਾਂ ਕਹਿੰਦੇ ਆ ਹਾਂਜੀ ਦੂਸਰੀ ਆਇਤ ਪੜਿਓ ਜੀ ਉਹ ਗਰਵੰਤੀ ਸੀ ਅਤੇ ਜਨਮ ਦੇ ਦੁੱਖ ਅਤੇ ਪੀੜਾ ਲੱਗਣ ਕਰਕੇ ਚੀਕਾਂ ਮਾਰਦੀ ਸੀ ਹਾਂਜੀ ਹੋਰ ਪੜਿਓ ਅਤੇ ਕਾਸ਼ ਤੋਂ ਇੱਕ ਹੋਰ ਨਿਸ਼ਾਨ ਦਿਸਿਆ ਅਤੇ ਵਿਖੋ ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਹਦੇ ਸੱਤ ਸਿਰ ਅਤੇ 10 ਸੈਂਟ ਅਤੇ ਉਹਦੀਆਂ ਸਿਰਾਂ ਉੱਤੇ ਮੁਕਟ ਮੁਕਟ ਸੀ ਅਤੇ ਉਹਦੀ ਪੂਛ ਨੇ ਆਕਾਸ਼ ਤੇ ਤਾਰਿਆਂ ਦੀ ਇੱਕ ਧਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਸਤਰੀ ਉੱਤੇ ਦੇ ਮਾਰਿਆ ਅਤੇ ਉਹ ਅਜਗਰ ਉਸ ਇਸਤਰੀ ਦੇ ਅੱਗੇ ਜਿਹੜੀ ਜਨ ਲੱਗੀ ਸੀ ਜਾ ਕਰੋਤਾ ਪੰਜੇਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਪਛ ਲਵੇ ਆਮਨ ਇੱਥੇ ਆਪਾਂ ਨੂੰ ਬਹੁਤ ਕੇਅਰਫੁਲ ਪਿਕਚਰ ਦੱਸਦਾ ਪਰ ਉਹ ਉਹਦੀ ਦੱਸਦਾ ਜਿਹੜੇ ਆਪਾਂ ਦਰਿੰਦੇ ਦੀ ਗੱਲ ਕਰ ਰਹੇ ਆ ਉਹੋ ਹੀ ਚਰਚ ਦਾ ਬੈਰੀ ਆ ਉਹੋ ਹੀ ਲੋਕਾਂ ਦਾ ਬੈਰੀ ਆ ਕਰਕੇ ਆਪਾਂ ਪਰਮੇਸ਼ਰ ਦੀ ਸ਼ਕਲ ਦੇ ਵਿੱਚ ਬਣਾਏ ਗਏ ਆ ਯਿਸੂ ਮਸੀਹ ਨੂੰ ਕੌਸ਼ਿਸ਼ ਨਹੀਂ ਕਰ ਸਕਿਆ ਕਰਕੇ ਉਹ ਪਰਮੇਸ਼ਰ ਸੀਗਾ ਪਰ ਉਹ ਜਿਹੜੇ ਲੋਕ ਆ ਜਿਹੜੀ ਕਲੀਸিয়া ਜਿਹੜੀ ਉਹਦੀ ਚਰਚ ਆ ਉਹਨੂੰ ਅਟੈਕ ਕਰਨਾ ਚਾਹੁੰਦਾ ਕੁਈ ਤੇ ਆਪਾ ਦੇਖਦੇ ਹਾਂ ਬਹੁਤ ਕੇਅਰਫੁਲੀ ਸਾਨੂੰ ਐਕਸਪਲੇਨ ਕਰਦਾ ਦੱਸਦਾ ਵੀ ਆ ਉਹ ਸਵਰਗਾਂ ਦੇ ਵਿੱਚ ਸੀਗਾ ਤੇ ਉਹਦੇ ਨਾਲ ਇੱਕ ਤੀਜਾ ਹਿੱਸਾ ਸਵਰਗਦੂਤਾਂ ਦਾ ਉਹਨੇ ਨਾਲ ਸੈਟ ਲਿਆ ਹੁਣ ਦੱਸ ਉਹਦੀ ਪੂਛ ਦੇ ਨਾ ਉਹ ਡ੍ਰੈਗਨ ਸੀ ਤੇ ਉਹਨੂੰ ਨਾਂ ਉਹਦੇ ਬਹੁਤ ਦਿੱਤੇ ਜਾਂਦੇ ਆ ਇੱਕ ਨਾਂ ਡ੍ਰੈਗਨ ਆ ਤੇ ਉਹਨੇ ਉਹਨਾਂ ਨੂੰ ਨਾਲ ਖਿੱਚ ਲਿਆ ਹੁਣ ਜਿਹੜੇ ਉਹਦੇ ਨਾਲ ਲੜਦੇ ਆ ਉਹ ਜਿਹੜੇ ਇੱਕ ਤੀਜਾ ਹਿੱਸਾ ਸਵਰਗਦੂਤਾਂ ਦਾ ਸੀਗਾ ਫੇ ਬਾਕੀ ਜਿਹੜੇ ਇਸ ਦੁਨੀਆ ਦੇ ਭੂਤ ਆ ਉਹ ਸਾਰੇ ਹੀ ਉਹਦੇ ਵਾਸਤੇ ਲੜਦੇ ਆ ਤੇ ਚਰਚ ਉੱਤੇ ਫਤੇ ਪਾਣਾ ਚਾਹੁੰਦੇ ਆ ਪਰ ਕਿ ਪਰਮੇਸ਼ਰ ਨੇ ਯਿਸੂ ਮਸੀਹ ਨੇ ਸਭ ਕੁਝ ਸ਼ਰਾਕ ਕੇ ਚਰਚ ਦੇ ਪੈਰਾਂ 'ਥਲੇ ਸੜ ਦਿੱਤਾ ਆ ਚਰਚ ਨੂੰ ਕਈ ਵਾਰੀ ਹਰਾ ਕੇ ਹਾਂਜੀ ਤੇ ਪਰ ਯਿਸੂ ਮਸੀਹ ਨੇ ਫਤੇ ਪਾ ਕੇ ਇਹਨਾਂ ਚੀਜ਼ਾਂ ਉੱਤੇ ਤੇ ਚਰਚ ਨੂੰ ਉਹ ਅਥਾਰਟੀ ਦੇ ਗਿਆ ਐਸ ਵੀ ਨਹੀਂ ਭਈ ਅਸੀਂ ਹੋਰ ਵੀ ਭੈਣ ਭਰਾਵਾਂ ਨੂੰ ਜਾ ਕੇ ਇਹ ਖੁਸ਼ਖਬਰੀ ਸੁਣਾ ਸਕੀਏ ਜਿਹਦੇ ਨਾਲ ਉਹ ਵੀ ਬਾਤ ਜਾਣ ਇਸ ਦਰਿੰਦੇ ਦੇ ਕੋਲ ਕਰਕੇ ਜੇ ਅਖੀਰਲਾ ਇਸ ਦਰਿੰਦੇ ਦਾ ਹਾਲ ਹੋਣਾ ਉਹ ਇਹ ਆ ਇਹਨਾਂ ਨੂੰ ਪਰਮਿਸ਼ਨ ਨੇ ਸਾਰਿਆਂ ਨੂੰ ਫੜ ਕੇ ਅਗ ਬਾਲਦੀ ਅਗ ਵਿੱਚ ਸੜ ਦੇਣਾ ਤੇ ਇਹਨਾਂ ਸਦਾ ਵਾਸਤੇ ਉੱਥੇ ਲੁਸਣਾ ਇਹ ਜਿਹੜੀ ਨਰਕ ਬਣਾਏ ਸੀ ਜਿਹੜੀ ਅੱਗ ਬਣਾਈ ਸੀਗੀ ਪਰਮਿਸ਼ਨ ਨੇ ਇਹ ਆਦਮੀਆਂ ਵਾਸਤੇ ਨਹੀਂ ਬਣਾਈ ਸੀ ਆਦਮੀਆਂ ਵਾਸਤੇ ਸਦਾ ਦਾ ਜੀਵਨ ਬਣਾਇਆ ਸੀ ਪਰ ਇਹ ਦੁਰਸ਼ ਆਤਮਾ ਵਾਸਤੇ ਬਣਾਇਆ ਸੀਗਾ ਇਹ ਜਿਹੜੇ ਡਿਗੇ ਹੋਏ ਸੀਗੇ ਸਵਰਗੂ ਜਿਹੜੇ ਸਵਰਗਾ ਤੋਂ ਡਿਗੇ ਸੀਗੇ ਜਿਨ੍ਹਾਂ ਦਾ ਲੀਡਰ ਹੈਗਾ ਇਹ ਡ੍ਰੈਗਨ ਉਦਾਇ ਦਾ ਪਹਿਲਾ ਨਾਮ ਸੀਗਾ ਪਹਿਲੇ ਨਾਮ ਕੀ ਸੀ ਲੂਸੀਫਰ ਮਾਰਨਿੰਗ ਸਟਾਰ ਲੂਸੀਫਰ ਉਹਦਾ ਨਾਂ ਸੀ ਜਿਹਨੂੰ ਸਵਾ ਦਾ ਤਾਰਾ ਸਾਦੇ ਸੀ ਇੰਨਾ ਸੁੰਦਰ ਸੀਗਾ ਪਰ ਇਹ ਪਰਮੇਸ਼ਰ ਵਰਗਾ ਬਣਨਾ ਚਾਹੁੰਦਾ ਸੀ ਇਸ ਕਰਕੇ ਇਹਨੂੰ ਸਵਰਗਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਦੋਂ ਦਾ ਇਹਦਾ ਚਰਚ ਦੇ ਨਾਲ ਬਹਿ ਰਿਹਾ ਹੈ ਉਦੋਂ ਦਾ ਲੋਕਾਂ ਦੇ ਨਾਲ ਬਹਿ ਰਿਹਾ ਕਰਕੇ ਸਾਨੂੰ ਪਰਮੇਸ਼ਰ ਦੀ ਸ਼ਕਲ 'ਚ ਬਣਾਇਆ ਗਿਆ ਤੇ ਸਾਡੇ ਨੇ ਇਹਨੇ ਬਹਿ ਰੱਖਿਆ ਸੋ ਇਥੇ ਇਹ ਸਾਨੂੰ ਦੱਸ ਰਿਹਾ ਆ ਅਖੀਲੇ ਦਿਨਾਂ ਦੇ ਵਿੱਚ ਕੀ ਹੋਣਾ ਹੈ ਤੇ ਸਾਨੂੰ ਖਬਰਦਾਰ ਹੋਣ ਦੀ ਜਰੂਰਤ ਆ ਸੋ ਇਥੇ ਇਹਨੇ ਹਰ ਵੇਲੇ ਪਹਿਲਾਂ ਜਿਹੜੀ 12 ਟ੍ਰਾਈਬਸ ਦੇ ਵਿੱਚੋਂ ਇਜ਼ਰਾਈਲ ਦੀ 12 ਟ੍ਰਾਈਬਸ ਦੇ ਵਿੱਚੋਂ ਇੱਕ ਯਿਸੂ ਮਸੀਹ ਨੇ ਹੋਣਾ ਸੀ ਪਹਿਲਾਂ ਕੋਸ਼ਿਸ਼ ਇਹ ਸੀਗੀ ਮੈਂ ਉਸ ਨਿਆਣੇ ਨੂੰ ਮਾਰ ਸਟ ਆ ਉਹ ਕੌਣ ਹੋਣਾ ਸੀ ਯਿਸੂ ਮਸੀਹ ਆਪਨੂੰ ਪਹਿਲਾਂ ਨਹੀਂ ਪਤਾ ਸੀ ਨਾ ਇਹਨੂੰ ਪਤਾ ਸੀ ਪਰ ਇਦਾਂ ਇਹਨੂੰ ਪਤਾ ਸੀ ਇੱਕ ਆਉਣ ਵਾਲਾ ਆ ਜੇ ਮੈਂ ਇਹਨੂੰ ਬੱਚੇ ਬੱਚੇ ਨੂੰ ਮਾਰ ਸੱਟਾਂ ਫੇ ਉਹ ਸੇਵੀਅਰ ਆ ਨਹੀਂ ਸਕਦਾ ਹੈਗਾ ਇਸ ਕਰਕੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਮਾਰਨ ਦੀ ਪਰ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਬਚਦੇ ਰਿਹਾ ਜਦੋਂ ਬੇਥਲੀਹਮ ਦੇ ਵਿੱਚ ਜਨਮ ਹੋਇਆ ਸੀਗਾ ਤੇ ਉਦੋਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਸਵਰਗ ਦੂਤ ਨੇ ਜੋਸੇਫ ਨੂੰ ਦੱਸਿਆ ਬਈ ਤੂੰ ਇਸ ਬੈਥਲੀਹਮ ਚੋਂ ਨਿਕਲ ਜਾ ਤੇ ਉਹ ਰਾਤੋਂ ਰਾਤ ਉਹ ਰੋ ਮਰੀਯਮ ਤੇ ਪ੍ਰਭੂ ਯੀਸੂ ਬਸੀ ਜਦੋਂ ਬੱਚਾ ਹੀ ਸੀਗਾ ਹੱਲੇ ਉਹਨੂੰ ਲੈ ਕੇ ਉਹ ਈਜਿਪਟ ਨੂੰ ਚੱਲ ਜਾਂਦੇ ਆ ਮਗਰੋਂ ਜਿੰਨੇ ਵੀ ਬੱਚੇ ਸੀਗੇ ਬੈਥਲੀਹਮ ਦੇ ਵਿੱਚ ਉਹ ਸਾਰੇ ਮਾਰ ਸੜਦੇ ਆ ਕਰਕੇ ਉਹ ਕੋਸ਼ਿਸ਼ ਕਰਦੇ ਆ ਬੀ ਬੱਚੇ ਮਸੀਹ ਵੀ ਮਰ ਜੂਏ ਬੱਚੇ ਯਿਸੂ ਮਸੀਹ ਵੀ ਮਰ ਜਾ। ਕਿਉਂਕਿ ਉਹਨੂੰ ਪਤਾ ਨਹੀਂ ਸੀ ਕੌਣ ਆ। ਸੋ ਪਰ ਯਿਸੂ ਪਰਮੇਸ਼ੀਅਨ ਇਫ ਇਹ ਬਚਾਲਿਆ। ਸੋ ਇਥੇ ਉਹਦੀ ਪਹਿਲਾ ਤੋਂ ਬੈਰ ਸੀ ਉਹ ਉਹਨੂੰ ਮਾਰ ਨਹੀਂ ਸਕਿਆ। ਤੇ ਹੁਣ ਚਰਚ ਨੂੰ ਅਟੈਕ ਕਰਦਾ ਆ। ਇਹ ਸਾਡੇ ਵਾਸਤੇ ਇੱਕ ਚੀਜ਼ ਆ ਜਿਹੜੀ ਸਾਨੂੰ ਸਮਝਣ ਦੀ ਜ਼ਰੂਰਤ ਆ। ਜਦੋਂ ਅਸੀਂ ਇਹਨਾਂ ਦੇ ਬਾਰੇ ਦੇਖਦੇ ਆ ਤੇ ਸਾਨੂੰ ਅਖੀਲੇ ਦਿਨਾਂ ਦਾ ਪਤਾ ਲੱਗਦਾ ਆ। ਸੋ ਇਸ ਚੈਪਟਰ ਦੇ ਵਿੱਚੋਂ ਜੋ 13ਵਾਂ ਚੈਪਟਰ ਪ੍ਰਕਾਸ਼ ਦੀ ਪੋਥੀ 13ਵੇਂ ਚੈਪਟਰ ਦੇ ਵਿੱਚੋਂ ਆਪਾਂ ਦੇਖਦੇ ਹਾਂ ਰਿਵਿਲੇਸ਼ਨ ਚੈਪਟਰ 30 ਇਸ ਦੇ ਵਿੱਚੋਂ ਆਪਾਂ ਬਹੁਤ ਚੀਜ਼ਾਂ ਸਿੱਖਦੇ ਹਾਂ ਤੇ ਕਈ ਚੀਜ਼ਾਂ ਦੇ ਆਪਾਂ ਨੋਟ ਬਣਾਉਣੇ ਆ ਤੇ ਉਹਦੇ ਬਾਰੇ ਆਪਾਂ ਥੋੜੀ ਜਿਹਾ ਸਿੱਖਦੇ ਹਾਂ ਸੋ ਇਹਦੇ ਵਿੱਚੋਂ ਆਪਾਂ ਇਹ ਸਿੱਖਦੇ ਹਾਂ ਪਹਿਲਾਂ ਉਹ ਇੱਕ ਔਰਤ ਦੇ ਮਗਰ ਪਿਆ ਸੀ ਜਿਹੜੀ ਇਜ਼ਰਾਈਲ ਸੀਗੀ ਕਿਉਂਕਿ ਉਹਨੇ ਬੱਚੇ ਨੂੰ ਇੱਕ ਜਰਮਣਾ ਸੀਗਾ ਜਿਹੜੇ ਸ਼ੈਤਾਨ ਦੇ ਸ਼ਿਤਾਨ ਨੂੰ ਹਰਾ ਦੇਣਾ ਸੀਗਾ ਜਿਹੜੀ ਸ਼ਿਤਾਨ ਨੇ ਧੁਖੇ ਦੇ ਨਾਲ ਸ਼ਕਤੀ ਐਡਮ ਕੋ ਲਈ ਸੀ ਮੁੜ ਕੇ ਲੜਨੀ ਸੀਗੀ ਸੋ ਉਹ ਕੋਸ਼ਿਸ਼ ਕਰਦਾ ਉਹਨੂੰ ਮਾਰਨ ਦੀ ਤੇ ਜਿਹੜਾ ਡ੍ਰੈਗਨ ਉਹਨੂੰ ਸੱਜਦਾ ਜਾਂਦਾ ਪਰ ਉਹ ਕੁਝ ਨਹੀਂ ਕਰ ਸਕਿਆ ਸ਼ਿਤਾਨ ਨੂੰ ਅ ਅਰਜਨ ਸੱਜਦਾ ਜਾਂਦਾ ਜਾਂ ਡ੍ਰੈਗਨ ਸੱਜਦਾ ਜਾਂਦਾ ਇਹਦੇ ਵਿੱਚ ਇਹੀ ਉਹਦਾ ਨਾਮ ਆ ਦ 3rd ਇਸ ਦਾ ਮੇਲ ਚਾਈਲਡ ਉਹ ਕਹਿੰਦੇ ਇੱਕ ਆਦਮੀ ਦਾ ਪੁੱਤਰ ਆਦਮੀ ਦਾ ਬੇਟਾ ਹੁਣਾ ਆ ਉਹ ਯਿਸੂ ਮਸੀਹ ਹੁੰਦਾ ਇਸ ਚੈਪਟਰ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਆ ਤੇ ਪਰ ਉਹ ਉਹ ਕੋ ਨਿਕਲ ਜਾਂਦਾ ਸੋ ਦੋ ਵੂਮਨ ਜਿਹੜੀ ਔਰਤ ਦੇ ਬਾਰੇ ਗੱਲ ਕਰਦਾ ਉਹ ਇਜ਼ਰਾਈਲ ਦੇ ਬਾਰੇ ਗੱਲ ਕਰਦਾ ਆ ਗੋਡ ਕੋਰ ਦ ਚਾਈਲਡ ਅਪ ਟੂ ਹੈਵਨ ਹੁਣ ਪਰਮੇਸ਼ਰ ਉਹਨੂੰ ਸਵਰਗਾਂ ਦੇ ਵਿੱਚ ਲੈ ਗਿਆ ਆ ਰਫਰਿੰਗ ਟੂ ਦ ਅਸੈਂਡੈਂਟਸ ਬਈ ਜਦੋਂ ਯਿਸੂ ਮਸੀਹ ਧਰਤੀ ਛੱਡ ਕੇ ਸਵਰਗ ਨੂੰ ਚਲ ਗਿਆ ਸੀ। ਦ ਪੈਸੇਜ ਹੇਅਰ ਕ੍ਰੈਕਸ ਆਫ ਡਿਸਕ੍ਰਾਈਬਿੰਗ ਵਾਸ ਹੈਵਨ ਐਂਡ ਦ ਮਾਈਕਲ ਐਂਜਲਸ ਫਾਈਟ ਜਿਹੜੇ ਆਪਾਂ ਦੇਖਦੇ ਸੀਗੇ ਵੀ ਸਵਰਗਾਂ ਦੇ ਵਿੱਚ ਇੱਕ ਲੜਾਈ ਹੋਈ ਸੀ। ਮਾਈਕਲ ਨੇ ਹਰਾ ਕੇ ਸ਼ੈਤਾਨ ਨੂੰ ਤਾਂ ਉਹਦੇ ਜਿੰਨੇ ਵੀ ਉਹਦੇ ਨਾਲ ਸੀਗੇ ਇੱਕ ਤੀਜਾ ਹਿੱਸਾ ਸਵੈਦੂਤਾਂ ਦਾ ਉਹਨੂੰ ਬਾਹਰ ਕੱਢ ਦਿੱਤਾ ਸੀ ਸਵਰਗਾਂ ਦੇ ਵਿੱਚੋਂ। ਪਰਮੇਸ਼ਰ ਦੀ ਲੜਾਈ ਨਹੀਂ ਸੀ। ਕਰਕੇ ਪਰਮੇਸ਼ਰ ਦਾ ਤੇ ਸ਼ਤਾਨ ਦਾ ਕੋਈ ਮੁਕਾਬਲਾ ਨਹੀਂ ਹੈਗਾ। ਕਈ ਵਾਰੀ ਅਸੀਂ ਇਦਾਂ ਸਮਝਦੇ ਖੜਿਆ ਉਹ ਇਕੁਅਲ ਆ ਜਾਂ ਉਹ ਲਾਗੇ ਛਾਗਿਆ। ਨਾ ਸ਼ਤਾਨ ਤੇ ਰੀਨ ਲਾਗੇ ਛਾਗਿਆ ਵੀ ਹੈਗਾ ਪਰਮੇਸ਼ਰ ਦਾ ਇੱਕ ਮਰਜੀ ਫੂਕ ਮਾਰੇ ਉਹਦਾ ਕੁਝ ਬਚਣਾ ਨਹੀਂ ਹੈਗਾ। ਓਕੇ ਪਰ ਉਹਦੀ ਹੋਈ ਸੀ ਸਵਰਗ ਦੂਤ ਪਰਮੇਸ਼ਰ ਜਦੋਂ ਬਚਨ ਬੋਲਦਾ ਸਵਰਗ ਦੂਤ ਲੜਦੇ ਆ ਮਾਈਕਲ ਉਹਦੇ ਨਾਲ ਲੜਿਆ ਸੀ ਜਿਹੜਾ ਮਾਈਕਲ ਉਹ ਤੋਂ ਛੋਟਾ ਸੀ ਉਦਾਂ ਪਰ ਪਰਮੇਸ਼ਰ ਨੇ ਪਰਮੇਸ਼ਰ ਨੇ ਉਹ ਪਰਮੇਸ਼ਰ ਵਾਸਤੇ ਲੜਿਆ ਤੇ ਉਹਨੂੰ ਸਵਰਗਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਦੋਂ ਦਾ ਉਹ ਇਜ਼ਰਾਈਲ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਉਹ ਕਰ ਨਹੀਂ ਸਕਿਆ ਸੋ ਪਰਮੇਸ਼ਰ ਸੁਪਰਨੈਚੁਰਲੀ ਇਜ਼ਰਾਈਲ ਨੂੰ ਬਚਾਉਂਦਾ ਰਿਹਾ ਹੱਲੇ ਵੀ ਜਦੋਂ ਆਪਾਂ ਦੇਖਦੇ ਆਂ ਪਰ ਮੈਚ ਸੁਪਰਨੈਚੁਰਲੀ ਇਜ਼ਰਾਈਲ ਨੂੰ ਬਜਾਉਂਦਾ ਆ ਜਦੋਂ ਆਪਾਂ ਦੇਖਦੇ ਆਂ ਕਈ ਵਾਰੀ ਜਦੋਂ ਉਹਨਾਂ ਨਾਲ ਲੜਾਈ ਲੱਗੀ ਆ ਉਹਨਾਂ ਦੇ ਥੋੜੀ ਜਿਹਾ ਮਿਲੀਅਨਜ਼ ਹੀ ਲੋਕ ਆ ਪਰ ਜਦੋਂ ਲੜਾਈ ਲੱਗਦੀ ਆ ਉਹ ਹੰਡਰਡਸ ਆਫ ਮਿਲੀਅਨਜ਼ ਲੋਕ ਆ ਜਿਹੜੇ ਉਹਨਾਂ ਨਾਲ ਲੜਦੇ ਆ ਪਰ ਫੇਵ ਨਹੀਂ ਜਿੱਤ ਸਕਦੇ ਉਹਨਾਂ ਦੇ ਕੋਈ ਇੱਕ ਨਿੱਕੇ ਜੇ ਮੁਲਕ ਵਿੱਚ ਕੋਸ਼ ਵੀ ਨਹੀਂ ਹੈਗਾ ਜਿਹੜੇ ਉਹਨਾਂ ਨਾਲ ਮੁਲਕ ਲੜਦੇ ਆ ਉਹਨਾਂ ਕੋਲ ਬਹੁਤ ਧਨ ਹੈ ਬਹੁਤ ਸਭ ਕੁਝ ਹੈਗਾ ਆ ਪਰ ਉਹ ਫੇਵ ਨਹੀਂ ਜਿੱਤ ਸਕਦੇ ਕਾਤੇ ਕਰਕੇ ਪਰਮੇਸ਼ਰ ਉਹਨਾਂ ਨੂੰ ਬਚਾਉਂਦਾ ਆ ਇਹ ਨਹੀਂ ਵੀ ਉਹ ਤਾਕਤਵਾਰੀ ਬਹੁਤ ਹੈ ਇਹ ਨਹੀਂ ਉਹ ਕਲੇਵਰ ਬਹੁਤ ਹੈ ਪਰ ਪਰਮੇਸ਼ਰ ਦਾ ਕਰਪਾਵਾਲਾ ਹੱਥ ਉਹਨਾਂ ਨੂੰ ਬਚਾਉਂਦਾ ਆ ਸੋ ਇਥੇ ਆਪਾਂ ਨੂੰ ਇਹ ਦੱਸ ਰਿਹਾ ਆ ਪੰਜਵੀਂ ਚੀਜ਼ ਜਿਹੜੀ ਆਪਾਂ ਦੇਖਦੇ ਆ ਇਸ ਅ ਕਲੈਕਟਿਵ ਆਫ ਸਪਰਿੰਗ ਆਫ ਦ ਵੂਮਨ ਜਿਨੇ ਉਤੋਂ ਲੋਕੀ ਜੰਮੇ ਆ ਓਕੇ ਕਿਹਨੇ ਸੀਗੇ ਯੇਸੂ ਮਸੀਹ ਤੋਂ ਕਿਨਾਂ ਦੂਸਰਾ ਜਨਮ ਪਾਇਆ ਉਹਨੂੰ ਆਪਾਂ ਸਾਡੇ ਚਰਚ ਜਿਹੜੇ ਲੋਕੀ 크ਰਿਸਚੀਅਨਸ ਆ ਜਿਨ੍ਹਾਂ ਨੇ ਮਗਰੋਂ ਯਿਸੂ ਮਸੀਹ ਨੂੰ ਪਾਇਆ ਪਾਪਾਂ ਦੀ ਮੁਕਤੀ ਪਾ ਲਈ ਆ ਇਹ ਸਮਰੀ ਆਪਦੇ ਵਿੱਚ ਕਰਦਾ ਆ ਥੋੜੀ ਜਿਹੀ ਚੈਪਟਰ 12 ਦੇ ਵਿੱਚੋਂ ਲੈ ਕੇ ਚੈਪਟਰ 13 ਦੀ ਸਮਰਾਈਜ਼ ਕਰਦੇ ਆ ਤੇ ਆਪਾਂ ਇਹ ਇਹ ਆਪਾਂ ਨੂੰ ਫੇਰ ਤੁਸੀਂ ਪੜ੍ਹ ਸਕਦੇ ਆ ਹੁਣ ਇਹ ਮਾੜੀ ਵਿੱਚ ਸਮਰਾਈਜ਼ ਕੀਤੀ ਹੈ ਜਦੋਂ ਮੈਂ ਤੁਹਾਡੀ ਮਾੜੀ ਜੀ मीनिंग ਦੱਸਤੀ ਆ ਹੁਣ ਦੂਜੀ ਤੁਹਾਡੇ ਕੋ ਉਦਾਂ ਹੀ ਕਲਿੱਕ ਹੋਣਾ ਪੈਣੀ ਜਦੋਂ ਤੁਸੀਂ ਮੁੜ ਕੇ ਪੜ੍ਹਿਆ ਸੂਪ੍ਰਮੇਸ਼ੂ ਦੀ ਕਿਰਪਾ ਦੇ ਨਾਲ ਆਪਾਂ ਨੂੰ ਜ਼ਿਆਦਾ ਸਮਝ ਹੋਊਗੀ ਆਪਾਂ ਫੇਰ ਡੈਨੀਅਲ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਸੀ 7ਵੇਂ ਚੈਪਟਰ ਤੇ ਉਹਦੀ 23 ਤਾ ਆਇਤ ਪੜ੍ਹਾਂਗੇ ਡੈਨੀਅਲ ਚੈਪਟਰ 7 ਵਰਸ 23 ਐਂਡ 24 ਓਕੇ ਹਾਂਜੀ ਆਪਾਂ ਡੈਨੀਅਲ ਦੀ ਕਿਤਾਬ ਉਸ 7ਵੇਂ ਚੈਪਟਰ 23 ਤੇ 24 ਆਇਤ ਪੜ੍ਹਨ ਲੱਗੀਆਂ ਉਹ ਇਹਨ ਬੋਲਿਆ ਕਿ ਚੌਥਾ ਦਿਨ ਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ ਉਹ ਸਭ ਨਾਲ ਰਾਜਿਆਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪ੍ਰithvi ਨੂੰ ਨਿਗਲ ਜਾਊਗਾ ਅਤੇ ਉਹਨੂੰ ਲਤਾੜੇਗਾ ਅਤੇ ਉਹਨੂੰ ਟੋਟੇ ਟੋਟੇ ਕਰੇਗਾ ਅਤੇ ਉਹ ਉਸ ਉਹ 10 ਸੈਂਚ ਜੋ ਹਨ ਸੋ 10 ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਹਨਾਂ ਦੇ ਵਿੱਚੋਂ ਇੱਕ ਹੋਰ ਉੱਠੂਗਾ ਅਤੇ ਉਹ ਬੱਲੇ ਨਾਲੋਂ ਵੱਖਰਾ ਹੋਵੇਗਾ ਉਹ ਤਿੰਨਾਂ ਰਾਜਿਆਂ ਉਤੇ ਚੋਰ ਪਾ ਲਵੇਗਾ ਆਮਨ ਸੋ ਇੱਥੇ ਆਪਾਂ ਦੇਖਦੇ ਆਂ ਉਹ ਡੈਨੀਅਲ ਜਿਹੜੀ 700 ਸਾਲ ਪਹਿਲਾਂ ਲਿਖੀ ਗਈ ਸੀ ਯਿਸੂ ਮਸੀਹ ਦੇ ਆਉਣ ਤੋਂ ਉਹੋ ਸੇਮ ਚੀਜ਼ ਲਿਖੀ ਸਿਮਿਲਰ ਚੀਜ਼ ਲਿਖੀ ਗਈ ਸੀ ਜਿਹੜੀ ਪ੍ਰਕਾਸ਼ ਦੀ ਪੋਥੀ ਵਿੱਚ ਹੈ ਸੋ ਇੱਥੇ ਆਪਾਂ ਦੇਖਦੇ ਆਂ ਬਹੁਤ ਕਲੀਅਰਲੀ ਡੈਨੀਅਲ ਵੀ ਹੈ ਐਕਸਪਲੇਨ ਕਰਦਾ ਹੈ ਡੈਨੀਅਲ ਨੇ ਚਾਰ ਰਾਜਿਆਂ ਦਾ ਦੱਸਿਆ ਸੀ ਜਿਹੜਾ ਆਉਣਾ ਹੈ ਜਿਹੜਾ ਨੈਵ ਕ੍ਰੈਸਸ ਸੀ ਰਾਜਾ ਸੀ ਉਹਨੂੰ ਸੁਪਨਾ ਆਇਆ ਸੀ ਜਦੋਂ ਉਹਨੇ ਸੁਫਨਕਸਪੇਨ ਕੀਤਾ ਤੇ ਉਹ ਚੌ ਰਾਜਿਆਂ ਦੇ ਬਾਰੇ ਦੱਸਦਾ ਆ ਉਹ ਫਿਰ ਤਿੰਨ ਰਾਜੇ ਹੋਏ ਉਹਨਾਂ ਉਦਾਂ ਹੀ ਆਏ ਆ ਜਿੱਦਾਂ ਉਹਨੇ ਡੈਨੀਅਲ ਦੇ ਦੱਸਿਆ ਸੀਗਾ ਉਹ ਸਾਰੇ ਆਪਣਾ ਰਾਜ ਕਰ ਚੁੱਕੇ ਆ ਆ ਚੁੱਕੇ ਆ ਤੇ ਆ ਚੌਥੇ ਦਾ ਵੀ ਉਹਨੂੰ ਦੱਸਿਆ ਸੀ ਜੇ ਤਿੰਨ ਸਹੀ ਹੋ ਗਏ ਆ ਤੇ ਆਪਾਂ ਨੂੰ ਪੱਕਾ ਪਤਾ ਹੈ ਚੌਥੇ ਨੇ ਵੀ ਹੋ ਜਾਣਾ ਤੇ ਇੱਥੇ ਚੌਥੇ ਦੇ ਬਾਰੇ ਉਹ ਦੱਸਦਾ ਆ ਉਹ ਫੇਰ ਇੱਥੇ ਦੱਸਦਾ ਉਹਦੇ 10 ਸਿੰਘ ਹੋਣਿਆ 10 ਮਲਖਾਂ ਦੇ ਉੱਤੇ ਉਹਨੇ ਰੂਲ ਕਰਨਾ দাসੋ ਕੋ ਕਰਾਉਂ ਸੁਣਿਆ ਤੇ ਜਿਹੜਾ ਅਖੀਲੇ ਰਾਜੇ ਦੀ ਵਾਰੀ ਗੱਲ ਕਰਿਆ ਡੈਨੀਅਲ ਨੇ ਕਨਫਰਮ ਕਰਦਾ ਮੈਂ ਦੱਸਿਆ ਸੀਗਾ ਆਪਾਂ ਕਈਆਂ ਅਜਤਾਂ ਦੇ ਵਿੱਚੋਂ ਦੱਸਾਂਗੇ ਵੀ ਆਪਾਂ ਕਨਫਰਮ ਹੋ ਜਾਂਦਾ ਹਾਂਜੀ ਸਹੀ ਹੈ ਜੀ ਆਪਾਂ ਇੱਕ ਥਾਂ ਦੇਖਦੇ ਹਾਂ ਥੋੜੀ ਬਾਲੀ ਮਿਸਟੇਕ ਲੱਗ ਸਕਦੀ ਆ ਪਰ ਜੇ ਆਪਾਂ ਬਾਰ-ਬਾਰ ਦੇਖਦੇ ਹਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਤੋਂ ਤਾਂ ਫਿਰ ਆਪਾਂ ਸ਼ੋਰ ਹੋਣ ਲੱਪੈਨੇ ਆ ਬੇ ਜੋ ਅਸੀਂ ਪੜ੍ਹਦੇ ਆ ਉਹਦਾ ਸਹੀ मीनिंग ਸਰਪ੍ਰਾਈਜ਼ ਅ ਲੋਰ ਡੈਨੀਅਲ ਨੇ ਜੋ ਦੱਸਿਆ ਸੀਗਾ ਤਿੰਨ ਰਾਜੇ ਆ ਚੁੱਕੇ ਆ ਚੌਥਾ ਆਉਣ ਵਾਲਾ ਆ ਆਪਾਂ ਅੱਜ ਦੇਖਦੇ ਹਾਂ ਉਹਨੇ ਕੀ ਕਰਨਾ ਹੈ ਤੇ ਉਹ ਜਦੋਂ ਸਾਨੂੰ ਪਤਾ ਲੱਗ ਗਿਆ ਹੁਣ ਇਹ ਚੌਥਾ ਰਾਜਾ ਆ ਗਿਆ ਓਕੇ ਉਹਦੀ ਫੇਬ ਬੁੱਕ ਆਫ ਰੈਵਿਲੇਸ਼ਨ ਚੈਪਟਰ 12 5 ਐਂਡ 6 ਆਪਾਂ ਪੜ੍ਹਾਂਗੇ ਪ੍ਰਕਾਸ਼ ਦੀ ਪੋਥੀ ਤੇ ਉਹਦੇ ਵਿੱਚੋਂ ਆਪਾਂ 12ਵੇਂ ਚੈਪਟਰ 35 ਛੇ ਇੱਕ ਵਾਰੀ ਪੜ੍ਹਾਂਗੇ ਥੋੜੀ ਜਿਹੀ ਕੇਅਰ ਦੇਖਣ ਕੇਅਰਫੁਲੀ ਆ ਕੀ ਪੜ੍ਹਾਂਗੇ ਪੀਆ ਪਰ ਉਹਨੂੰ ਪਤਾ ਲੱਗਦਾ ਵੀ ਉਹਦੇ ਵਿੱਚ ਕੀ ਲਿਖਿਆ ਹਾਂਜੀ ਹਾਂਜੀ ਪ੍ਰਕਾਸ਼ ਸਿੰਘ ਪੁੱਤੀ ਉਹਦਾ ਬਾਰਮਾ ਚੈਪਟਰ ਤੇ 5 ਤੇ 6 ਆਇਤ ਇਥੇ ਇਦਾਂ ਕਹਿੰਦਾ ਉਹ ਇੱਕ ਪੁੱਤਰ ਇੱਕ ਨਰ ਬਾਲ ਜੰਨੀ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾ ਕੌਮਾਂ ਤੇ ਹਕੂਮਤ ਕਰਨੀ ਹੈ ਓਕੇ ਅੱਗੇ ਸਗਾ ਇੱਕ ਪੁੱਤਰ ਜਿਹੜੇ ਆਉਣਾ ਸੀਗਾ ਯਿਸੂ مسی ਬਹੁਤ ਹੰਬਲ ਹੋ ਕੇ ਆਇਆ ਸੀ ਪਰ ਉਹਨੇ ਹੁਣ ਮੁੜ ਕੇ ਫੇ ਹੋਣਾ ਹੈ ਉਹਨੇ ਫਿਰ ਬਹੁਤ ਜੋ ਨਾਰਾਜ਼ ਕਰਨਾ ਉਹਦੇ ਬਾਰੇ ਦੱਸ ਰਿਹਾ ਹਾਂਜੀ ਸਭਨਾ ਕੌਮਾ ਉਤੇ ਹਕੂਮਤ ਕਰਨੀ ਹੈ ਅਤਿ ਉਦਾ ਬਾਲਕ ਪਰਮੇਸ਼ਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ ਅਤੇ ਉਹ ਇਸਤਰੀ ਉਜਾੜ ਵਿੱਚ ਨਸ ਗਈ ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ ਪਰ ਜਿੱਥੇ 1260 ਦਿਨ ਉਹਦੀ ਪੈਰਸਪਾਲ ਹੋਵੇ ਇੱਥੇ ਫਿਰ ਉਹ ਹੋਕਲੀਸਿਆ ਦੇ ਬਾਰੇ ਦੱਸਦਾ ਹੈ ਜਿਹੜੇ ਆਪਾਂ ਪਿਛਲੇ ਹਫ਼ਤੇ ਦੇਖੇ ਸੀ ਦੈਂਦ ਦਾ ਸਾਢੇ 3 ਸਾਲ ਬਣਦੇ ਆ ਸਾਢੇ 3 ਸਾਲ ਬਾਅਦ ਲੋਕ ਕੇ ਰਹਿਣਾ ਆ ਕਿਉਂਕਿ ਸ਼ਤਾਨ ਨੇ ਫਤਿਹ ਪਾਣੀ ਆ ਸੰਤਾ ਉੱਤੇ ਵੀ ਫਤਿਹ ਪਾਣੀ ਆ ਤਾਂ ਪਰ ਉਹਨੂੰ ਟਾਈਮ ਸਾਢੇ 3 ਸਾਲ ਦਾ ਹੀ ਆ ਸੋ ਇੱਥੇ ਬੇਰ ਕੇ ਕੇਅਰਫੁਲੀ ਆਪਾਂ ਫੇ ਦੇਖਾਂਗੇ ਤੇ ਪ੍ਰਭੂ ਆਪਣੇ ਆਪ ਨੂੰ ਬੁੱਧ ਦੇਵੇ ਅਕਲ ਦੇਵੇ ਅਸੀਂ ਇਹ ਚੀਜ਼ਾਂ ਸਮਝ ਸਕੀਏ ਅਸੀਂ ਉਹਦੋਂ ਸਮਝ ਸਕਦੇ ਆ ਜਦੋਂ ਪਰਮੇਸ਼ਰ ਸਾਨੂੰ ਬੁੱਧ ਦਿੰਦਾ ਹੈ ਪ੍ਰਕਾਸ਼ ਦੀ ਪੋਥੀ ਆਪਾਂ ਪਹਿਲੀ ਦੂਜੀ ਆਇਤ ਪੜੀ ਸੀ 13ਵੇਂ ਚੈਪਟਰ ਦੀ ਹੁਣ ਆਪਾਂ ਤੀਜੀ ਆਇਤ ਵੀ ਪੜਾਂਗੇ ਵੀ ਰੀਡ ਰਿਵਿਲੇਸ਼ਨ ਚੈਪਟਰ 13 ਵੇਰਸ 3 ਹਾਂਜੀ ਮੈਂ ਉਹਦੀਆਂ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਘਾਉ ਲੱਗਾ ਹੋਇਆ ਵੇਖਿਆ ਅਤੇ ਉਹਦੀ ਉਹ ਕਾਰੀ ਸੱਚ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ ਆਮੇਨ ਸੋ ਇਥੇ ਜਿਵੇਂ ਅੱਗੇ ਦੱਸਿਆ ਸੀ ਉਹ ਦੱਸਦਾ ਕੀ ਦੱਸਦਾ ਉਹਦੇ ਇੱਕ ਸੱਟ ਲੱਗੀ ਸੀ ਜਾਂ ਕਿਸੇ ਨੇ ਕੁਛ ਮਾਰਿਆ ਸੀਗਾ ਉਹਦੇ ਨਾਲ ਇੱਕ ਉਹਦਾ ਸਿਰ ਲਾਇਆ ਗਿਆ ਸੀ ਸੋ ਇਹਦਾ ਮਤਲਬ ਉਹ ਮਰ ਗਿਆ ਸੀ ਪਰ ਉਹ 30 ਦਿਨ ਫੇ ਜਿੰਦਾ ਹੋ ਗਿਆ ਉਹ ਯਿਸੂ ਮਸੀਹ ਨੂੰ ਕਾਪੀ ਕਰਦਾ ਮੁੜ ਕੇ ਫੇਰ ਉਹ ਉਹਦੇ ਕੋਲ ਜਾਣਾ ਗਿਆ ਫੇ ਉਹਨੇ ਕਿਹਾ ਮੈਂ ਪਰਮੇਸ਼ਰ ਆ ਯਿਸੂ ਮਸੀਹ ਜਦੋਂ ਪਹਿਲਾਂ ਆਇਆ ਸੀ ਇਦਾਂ ਕੀਤੀ ਸੀ ਮੈਂ ਵੀ ਇਦਾਂ ਹੀ ਕਰਤੀ ਮੈਂ ਉਹ ਹੀ ਆ ਓਕੇ ਸੋ ਬਾਈਬਲ ਆਪਾਂ ਨੂੰ ਪਹਿਲਾਂ ਵਾਰਨ ਕਰ ਰਹੀ ਆ ਕਵادار ਕਰ ਰਹੀ ਆ ਸੀਪਲੇ ਖਾਣਾ ਖਾਈਏ ਇੰਗਲਿਸ਼ ਦੇ ਵਿੱਚ ਇਦਾਂ ਲਿਖਿਆ ਆਈ ਸੋ ਆਫ ਵਨ ਆਫ ਹਿਸ ਹੈਡਸ ਹੈਡ ਬੀਨ ਮੋਰਟਲੀ ਵੂਨਡਡ ਐਂਡ ਹਿਸ ਡੈਡਲੀ ਵੂਨਡ ਵਾਸ ਹੀਲਡ ਐਂਡ 올 ਦ ਵਰਲਡ ਮਾਰਵਲ ਆਫਟਰ ਦ ਬੀਸਟ ਹਣ ਉਹ ਦਰਿੰਦੇ ਦੇ ਮਗਰ ਸਾਰੀ ਦੁਨੀਆ ਪੈ ਗਈ ਆ ਕਰਕੇ ਉਹ ਕਹਿਣਾ ਵੀ ਦੇਖੋ ਮੈਂ ਉਹ ਹੀ ਸੀਗਾ ਜਿਹੜਾ ਮਰ ਗਿਆ ਸੀਗਾ ਹੋ ਸਕਦਾ ਉਨੀ ਸਾਰਿਆਂ ਨੂੰ ਦੇਖਣਾ ਵੀ ਆ ਹੋ ਸਕਦਾ ਉਹਦੀ ਬਾਡੀ ਦਿਖਾਲਣ ਕਿ ਦਾ ਉਹ ਮਾਰਗਿਆ ਸਾਹੂ ਦਿਖਾ ਲੈਣ ਡਾਕਟਰ ਦੱਸਣ ਜੀ ਮਰ ਗਿਆ ਹੈ ਪਰ ਮੁੜ ਕੇ ਫੇਜਿੰਦਾ ਹੋ ਜਬੇ ਫੇ ਸਾਰੀ ਦੁਨੀਆ ਨੇ ਉਹਨੂੰ ਫੋਲੋ ਕਰਨ ਲੱਪਣਾ ਇਹ ਇਥੇ ਆਪਨ ਬਾਈਬਲ ਦੱਸਦੀ ਹੁਣੀ ਹੈ ਨਾ ਚੀਜ਼ ਤੇ ਸਾਨੂੰ ਖਬਰਦਾਰ ਰਹਿਣ ਦੀ ਹੁੰਦੀ ਹੈ ਸਾਨੂੰ ਕੇਅਰਫੁਲ ਹੋਣ ਦੀ ਜੂਰ ਤੇ ਅਸੀਂ ਪਛਾਣ ਲਈਏ ਪ੍ਰੀਵਿਸ਼ਨ ਇਹ ਪਹਿਲਾਂ ਹੀ ਦੱਸਿਓ ਆ ਬਈ ਸਾਸੀ ਧੋਖੇ ਵਿੱਚ ਨਾ ਆਈਏ ਬਹੁਤ ਲੋਕਾਂ ਨੇ ਧੋਖੇ ਦੇ ਵਿੱਚ ਪੈ ਜਾਣਾ ਹੈ ਪ੍ਰਕਾਸ਼ ਦੀ ਪੋਥੀ 13ਵਾਂ ਚੈਪਟਰ ਉਹਦੀ 7ਵੀਂ ਅਧਿਆਇ ਤੇ ਆਪਾਂ ਪੜਾਂਗੇ ਹਾਂਜੀ ਅਤੇ ਉਹਨੂੰ ਇਹ ਦਿੱਤਾ ਗਿਆ ਕਿ ਸੰਤਾ ਨਾਲ ਜੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ ਅਤੇ ਹਰੇਕ ਗੋਤ ਉਮਤ ਭਾਕਿਆ ਤੇ ਗੌਮ ਉੱਤੇ ਉਹਨੂੰ ਇਕ اختیار ਦਿੱਤਾ ਜਾਵੇ ਆਮੇ ਦਿੱਤਾ ਗਿਆ ਉਹ ਦਰਿੰਦੇ ਨੂੰ ਪਰਮਿਸ਼ਨ ਇਹ ਅਯਾਜ ਤੇ ਦੇ ਦੇਣੀ ਆ ਵੀ ਉਹ ਸੰਤਾ ਦੇ ਉੱਤੇ ਵੀ ਫਤਿਹ ਪਾ ਸਕੇ ਕਿ ਸਾਦੇ 3 ਸਾਲ ਵਾਸਤੇ ਸੋ ਦੇਖੋ ਉਹਨੇ ਕਿਹਾ ਦੇਖੋ ਮੈਂ ਰਾਬਿਆ ਮੈਂ ਸਾਰਿਆਂ ਨੂੰ ਜਿੱਤ ਲਿਆ ਹਮ ਸਾਰੀ ਦੁਨੀਆ ਨੇ ਤੇ ਉੱਤੇ ਉਹ ਫਤਿਹ ਪਾ ਲਈਆਂ ਪਰ ਉਹਨੇ ਦਰਿੰਦਾ ਹੋਣਾ ਉਹਨੇ ਪਰਮਿਸ਼ਨ ਨਹੀਂ ਹੋਣਾ ਉਹਨੇ ਜੀਜ਼ਸ ਨਹੀਂ ਹੋਣਾ ਹੈਗਾ ਆਪਾਂ ਨੂੰ ਪਹਿਲਾਂ ਪਰਮੇਸ਼ਰ ਵੋਨ ਕਰ ਰਿਹਾ ਆ ਜੇ ਅਸੀਂ ਸੁਣ ਸਕੀਏ ਸਾਨੂੰ ਸੁਣਨ ਦੀ ਜ਼ਰੂਰਤ ਆ ਉਹਨੂੰ ਉੱਤੋਂ ਅਥਾਰਟੀ ਦਿੱਤੀ ਗਈ ਆ ਜਦੋਂ ਜੋਬ ਦੀ ਕਿਤਾਬ ਦੇ ਵਿੱਚ ਆਪਾਂ ਦੇਖਦੇ ਆਂ ਸ਼ੈਤਾਨ ਆਉਂਦਾ ਪਰਮੇਸ਼ਰ ਦੇ ਬਾਰੇ ਪਰਮੇਸ਼ਰ ਦੇ ਕੋਲ ਤੇ ਉਹ ਚਾਹਦਾ ਮੈਂ ਜੋਬ ਨੂੰ ਕੁਝ ਕਰਾਂ ਪਰ ਉਹ ਕਰ ਨਹੀਂ ਸਕਦਾ ਹੈਗਾ ਕਿਉਂਕਿ ਪਰਮੇਸ਼ਰ ਨੇ ਉਹਦੇ ਚਾਰ ਚੁਪਰੇ ਬਾੜ ਕੀਤੀ ਹੋਈ ਹੈ ਪਰ ਜਦੋਂ ਪਰਮੇਸ਼ਰ ਉਹ ਤੋਂ ਬਾੜ ਚੱਕ ਲਿੰਦਾ ਆ ਉਹਨੂੰ ਕਹਿੰਦਾ ਜੀ ਤੂੰ ਐਡੀ ਦੂਰ ਜਾ ਸਕਦਾ ਤੂੰ ਆਹ ਕਰ ਸਕਦਾ ਪਰਮੇਸ਼ਰ ਦੱਸਦਾ ਉਹਨੂੰ ਕਿੰਨਾ ਤੂੰ ਕਰ ਸਕਦਾ ਉਦੋਂ ਬਾਅਦ ਲਈ ਇਥੇ ਉਹਦਾ ਵੀ ਇਹ ਇਥੇ ਵੀ ਇਹੀ ਆਪਾਂ ਦੱਸਤਾ ਪਰਮੇਸ਼ਰ ਨੇ ਉਹਨੂੰ اختیار ਦਿੱਤਾਇਆ 3.5 ਸਾਲ ਵਾਸਤੇ ਉਸ ਟਾਈਮ ਦੇ ਵਿੱਚ ਕਰ ਸਕਦਾ ਹੈ ਕਿ ਸੋ ਇਹ ਸਾਡੀ ਖਬਰਦਾਰੀ ਵਾਸਤੇ ਸਾਨੂੰ ਕੇਅਰਫੁੱਲ ਰਹਿਣ ਦੀ ਜਰੂਰਤ ਹੈ ਫੇ ਅਸੀਂ ਆਪਣੀ ਤਿਆਰੀ ਕਰ ਸਕਦੇ ਹਾਂ ਦਿਸ ਮੈਨ ਵਾਸ ਅ ਰੂਲਰ ਓਵਰ ਟੂ ਨੇਸ਼ਨਸ ਡਸ ਮਿਰਕਲਸ ਇਨ ਦ ਨੇਮ ਆਫ ਜੀਜ਼ਸ ਇਹ ਤੇ ਕੋਰ ਆਦਮੀ ਨੇ ਬਾਰੇ ਜਿਹੜਾ ਮੈਂ ਦੱਸਿਆ ਥੋੜੀਆ ਉਹ ਉਹਨੂੰ ਵੀ ਬੀਸਟ ਸਜਾਇਆ ਜਾਂਦਾ ਉਹ ਛੋਟਾ ਬੀਸਟ ਹੈ ਉਹ ਵੱਡਾ ਬੀਸਟ ਆ ਓਕੇ ਤੇ ਉਹ ਉਹਦੇ ਮੋਰੇ ਲੋਕਾਂ ਤੋਂ ਕਰਾਉਂਦਾ ਚੀਜ਼ਾਂ ਜਿਹੜੇ ਨਹੀਂ ਕਰਦੇ ਉਹਨੇ ਕਹਿਣਾ ਇਹਨੂੰ ਪੂਜਣਾ ਆਪਾ ਜਿਹੜਾ ਨਹੀਂ ਪੂਜਦਾ ਹੈਗਾ ਨੂੰ ਮੋਟਾ ਸਜ਼ਾ ਦੇਈ ਜਾਂਦਾ ਇਹਨੂੰ ਵੀ ਉਹ ਦਰਿੰਦਿਆ ਉਹ ਆ ਜਿਹਦੇ ਦੋ ਮਲਖਾਂ ਤੇ ਰੂਲ ਕਰਦਾ ਜਿਵੇਂ ਜ਼ ਰੂਲਰ ਇਹਦੇ ਦੋ ਸੰਗ ਹੈ is he rules over two countries okay so prakash di pothi oda 13th chapter te o di 11 to 14 aitappa padhenge ha ji main ek khod derinde nu tarsi vichon nikaldeya dittha ate ek lele jaha o de 2 inch san ate ajgar wangar o bol da si ate o us pehle derinde de samne us da sara ikyar bartada hai ਅਤੇ ਧਰਤੀ ਅਤੇ ਉਹਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ। ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਹਦੀ ਕਾਰੀ ਸੱਟ ਚੰਗੀ ਹੋ ਗਈ ਸੀ। ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ। ਇਥੋਂ ਤੋੜੀ ਤੇ ਮਨੁੱਖਾਂ ਦੇ ਸਾਹਮਣੇ ਆਕਾਸ਼ੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ। ਅਤੇ ਉਹਨਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਣ ਹੁੰਦਾ ਉਹਨੂੰ ਇਖਿਆਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਸਨੀਕਾਂ ਨੂੰ ਪਰਮਾਉਂਦਾ ਹੈ ਅਤੇ ਧਰਤੀ ਦੇ ਵਸਨੀਕਾਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹਨੂੰ ਤਲਵਾਰ ਦੀ ਛੱਟ ਵੱਜੀ ਅਤੇ ਉਹ ਜਿਉਂਦਾ ਰਹੇ ਆਮਨ ਸੋ ਇਤੋਂ ਬੋਤ ਸਾਨੂੰ ਉਹ ਹੀ ਚੀਜ਼ ਦੱਸੇ ਕੀ ਕਹਿੰਦਾ ਉਹਨੂੰ ਸ਼ਕਤੀ ਦਿੱਤੀ ਜਾਂਦੀ ਹੈ ਪਰ ਜਿਹੜਾ ਵੱਡਾ ਦਰਿੰਦਾ ਹੈ ਉਹਦੇ ਸਾਹਮਣੇ ਉਹ ਇਹ ਚੀਜ਼ਾਂ ਕਰ ਸਕਦਾ ਉਹ ਕਹਿੰਦਾ ਮੈਂ ਇਹਦੀ ਅਥਾਰਟੀ ਨਹੀਂ ਇਹਦੀ ਸ਼ਕਤੀ ਨਹੀਂ ਕਰਦਾ ਸਾਰਿਆਂ ਨੂੰ ਕਹਿੰਦਾ ਇਹਨੂੰ ਪੂਜੋ ਜਿਹੜਾ ਕਹਿੰਦਾ ਮੈਂ ਨਹੀਂ ਪੂਜਣਾ ਉਹਨੂੰ ਮੌਤ ਦੀ ਸਜ਼ਾ ਆ। ਓਕੇ ਫਿਰ ਐਕੋ ਦੀ ਮੂਰਤ ਬਣਾ ਕੇ ਉਹਨੂੰ ਵੀ ਗੱਲਾਂ ਕਾਨੂੰਨ ਲਾ ਦੇਣਾ। ਸੋ ਕੋ ਬਹੁਤ ਸ਼ਕਤੀ ਹੁਣੀ ਆ ਤੇ ਉਦੋਂ ਬਹੁਤ ਧੋਖੇ ਦਾ ਟਾਈਮ ਹੋਣਾ ਬਹੁਤ ਲੋਕਾਂ ਨੇ ਸਾਰੀ ਦੁਨੀਆ ਨੇ ਉਹਦੇ ਮਗਰ ਲੱਗ ਜਾਣਾ। ਸਹੀ ਇਥੇ ਸਾਨੂੰ ਬਹੁਤ ਕੇਅਰਫੁਲੀ ਦੱਸ ਰਿਹਾ ਆ ਟੈਲਿੰਗ ਥੋਸ ਹੂ ਡਵੇਲ ਓਨ ði ਅਰਥ to make an image of the beast who was wounded by the sword and lived ਫੀਲ ਕਿ ਦਾ ਸਾਨੂੰ ਭਲੇਖਾ ਨਾ ਲੱਗੇ ਜਿਹੜੇ ਦਰਿੰਦੇ ਦੀ ਆਪਾਂ ਅੱਗੇ ਗੱਲ ਕਰਦੇ ਆ ਜਿਹਦਾ ਡੈਨੀਅਲ ਦਾਸਾ ਸੀਗਾ ਜਿਹੜਾ ਪ੍ਰਕਾਸ਼ ਦੀ ਪੋਥੀ ਚ ਆਪਾਂ ਪਹਿਲਾਂ ਦੇਖ ਕੇ ਹਟੇ ਆ ਜਿਹੜਾ ਮਾਰਿਆ ਗਿਆ ਸੀਗਾ ਉਹਦੀ ਗੱਲ ਕਰ ਰਹੇ ਆ ਉਤੋਂ ਕਹਿੰਦਾ ਸ਼ਕਤੀ ਲੈਂਦਾ ਆ ਕਿ ਸੋ ਕਿਤੇ ਭਲੇਖਾ ਨਾ ਲੱਗੇ ਸਾਨੂੰ ਕੇਅਰਫੁਲੀ ਉਹ ਇਦਾਂ ਦੱਸਿਆ ਜਿਹੜਾ ਮਾਰਿਆ ਗਿਆ ਸੀ ਸਹਿਲਾਇਆ ਗਿਆ ਸੀਗਾ ਪਰ ਉਹ ਮੁੜ ਕੇ ਫੇ ਜਿੰਦਾ ਹੋ ਗਿਆ ਸੀ ਉਸ ਦਰਿੰਦੇ ਦੀ ਗੱਲ ਕਰ ਰਿਹਾ ਉਸ ਦਰਸ਼ਾਤਮਾ ਦੀ ਗੱਲ ਕਰ ਰਿਹਾ ਉਹ 20 ਦੀ ਗੱਲ ਕਰ ਰਿਹਾ ਜਿਹਦੇ ਜਿਹਨੂੰ ਉਹਨੇ ਕਿਹਾ ਇਹਨੂੰ ਪੂਜੋ ਨਹੀਂ ਤਾਂ ਤੁਹਾਨੂੰ ਮੌਤ ਦੀ ਸਜ਼ਾ ਹੋ ਜਣੀ ਆ ਯੂ ਵਰਸ਼ਿਪ ਹਿਮ অর ਯੂ ਵਿਲ ਡਾਈ ਓਕੇ ਤੁਹਾਡਿਆ ਹੋਰ ਸਾਇਨ ਆ ਆਪਣੇ ਕੋ ਪੰਜ ਕਮੈਂਟ ਹੈਗੇ ਆ ਤੇ ਆਪਾਂ ਦੇਖ ਲੈਨੇ ਆ ਪ੍ਰਕਾਸ਼ੀ ਪੋਥੀ ਰਿਵਿਲੇਸ਼ਨ ਚੈਪਟਰ 13 ਵਰਸ 15 ਆਪਾਂ ਪਪੂਲਾ ਪੜਾਂਗੇ ਹਾਂਜੀ 15ਵੀਂ ਆਇਤ ਵਿੱਚ ਕਿੰਦਾ ਉਹਨੂੰ ਇਹ ਵੀ ਦਿੱਤਾ ਗਿਆ ਪੇ ਉਸ ਦਿਨਿੰਦੇ ਦੀ ਮੂਰਤੀ ਵਿੱਚ ਸਵਾਸ ਪਾ ਦੇਵੇ ਤਾਂ ਜੋ ਉਸ ਦਿਨਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਿਨਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾ ਆਮਨ ਸੋ ਇੱਕ ਦਿਨ ਦਾ ਬਰਾ ਜਾਣਾ ਪਿਛਲੇ ਦੇਖਿਆ ਸੀ ਹਫਤੇ ਵਿੱਚ ਉਹ ਹੈਕਰ ਦੇ ਵਿੱਚ ਟੈਂਪਲ ਦੇ ਵਿੱਚ ਰੱਖਿਆ ਜਾਣਾ ਜਰੂਸਲਮ ਦੇ ਵਿੱਚ ਤੇ ਉਹ ਬਹੁਤ ਹੁਣ ਆ ਪਰ ਉਹ ਕੋ ਸ਼ਕਤੀ ਹੁਣੀਆਂ ਉਹ ਤੋਂ ਗੱਲਾਂ ਕਰਾਉਣ ਲੱਪਣਾ ਹੋਵੇ। ਉਹਨੇ ਗੱਲ ਬੋਲਣ ਲੱਪਣਾ। ਜਿਹੜਾ ਉਹਨੂੰ ਨਾਮ ਮੱਥਾ ਦੇਖੂਗਾ ਉਹਨੂੰ ਫੇ ਮੌਤ ਦੀ ਸਜ਼ਾ ਹੋਣ ਲੱਪਣੀ ਆ। ਕੇ ਕਰਕੇ ਉਹ ਕਹਣਾ ਇਹ ਰਾਬਿਆ ਤੁਹਾਨੂੰ ਪੂਜਣਾ ਪੈਣਾ ਜਿਹੜਾ ਨਹੀਂ ਪੂਜੂਗਾ ਉਹਨੂੰ ਮੌਤ ਦੀ ਸਜ਼ਾ। 16 ਵੀ ਅੱਜ ਵੀ ਆਪਾਂ ਪੜਾਂਗੇ ਬੈਸ 16 ਅਤੇ ਉਹ ਸਬਨਾ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਆਜ਼ਾਦਾਂ ਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ अथवा ਉਹਨਾਂ ਦੇ ਮੱਥੇ ਉੱਤੇ ਦਾਗ ਦਵਾ ਦਿੰਦਾ ਹੈ ਆਮੇ ਇੱਕ ਨਿਸ਼ਾਨ ਲੱਗਣਿਆ ਮੱਥੇ ਉੱਤੇ ਜਾਂ ਗੱਟ ਦੇ ਉੱਤੇ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਜਿਹੜਾ ਮਰਜੀ ਸਟੇਟਸ ਹੋਵੇ ਜਿੰਨਾ ਮਰਜੀ ਉੱਚਾ ਹੋਵੇ ਜਿੰਨਾ ਮਰਜੀ ਨੀਮਾ ਹੋਵੇ ਜਿੱਥੇ ਮਰਜੀ ਦੁਨੀਆ ਦੇ ਵਿੱਚ ਹੋਵੇ ਉਨਾ ਦੇ ਸਾਰਿਆਂ ਦੇ ਨਿਸ਼ਾਨ ਲੱਗਣੇ ਜਦੋਂ ਇੱਕ ਵਾਰੀ ਉਹ ਨਿਸ਼ਾਨ ਲੱਗ ਗਿਆ ਤੇ ਉਹ ਫਿਸ਼ਤਾਨ ਦੇ ਬਣ ਜਣੇ ਪਰ ਅਪਾ ਜਦੋਂ ਪੜ੍ਹਦੇ ਆ ਕਈ ਲੋਕ ਇੱਕ ਵਾਰੀ ਮੈਂ ਬਹੁਤ ਚਰ ਹੋ ਗਿਆ ਕਿਸੇ ਨੂੰ ਇਹ ਦੱਸਦਾ ਸੀਗਾ ਉਹ ਕਹਿੰਦਾ ਮੈਂ ਨੱਟ ਜਾਣਾ ਜਾ ਕੇ ਲੁਕ ਜਾਣਾ ਓਕੇ ਪਰ ਇਥੇ ਬਾਈਬਲ ਆਪਾਂ ਦੱਸਦੀ ਆ ਨਾ ਤੁਸੀਂ ਖਾਣ ਨੂੰ ਖਰੀਦ ਸਕਦੇ ਆ ਨਾ ਤੁਸੀਂ ਚੀਜ਼ਾਂ ਵੇਚ ਸਕਦੇ ਆ ਜੇ ਉਹਨਾਂ ਤੁਹਾਡੇ ਨਿਸ਼ਾਨ ਨਹੀਂ ਲੱਗਾ ਹੈ ਅੱਜਕੱਲ ਬੋਲ ਤਾਂ ਖਾਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਆ ਹਰ ਟਾਈਮ ਛੇਤੀ ਆ ਜਵੇ ਓਕੇ ਜੇ ਖਾਣਾ ਉਹਨਾਂ ਕੀ ਹੋਵੇ ਕੰਟਰੋਲ ਕਰਦੇ ਹੋਣ ਫਿਰ ਉਹ ਨਹੀਂ ਕਹਿੰਦੇ ਸਾਰਿਆਂ ਨੂੰ ਅਸੀਂ ਕੋਝਾ ਬੰਨੜਾ ਆ ਟੂ ਮੇਕ ਸ਼ੋਰ ਬਾਈ ਸਾਰਿਆਂ ਨੂੰ ਮਿਲ ਜਵੇ ਕੋਈ ਗਰੀਬ ਹੋਵੇ ਕੋਈ ਅਮੀਰ ਹੋਵੇ ਸਾਰਿਆਂ ਨੂੰ ਨੰਬਰ ਲਾਉਣਾ ਪੈਣਾ ਹੈ ਮਾਰਕ ਲਾਉਣਾ ਪੈਣਾ ਹੈ ਜਾ ਮਥੇ ਉਤੇ ਲੋ ਆ ਸਕਦੇ ਜਾਂ ਗੋਠ ਤੇ ਲੋ ਆ ਸਕਦੇ ਫਿਰ ਜਦੋਂ ਅਸੀਂ ਮਸ਼ੀਨ ਦੇ ਉੱਤੇ ਜਾ ਕੇ ਆਪਣਾ ਹੱਥ ਰੱਖਣਾ ਆ ਉਹਨੇ ਫਿਰ ਆਪਾਂ ਨੂੰ ਉਹ ਮਸ਼ੀਨ ਨੂੰ ਦੱਸ ਦੇਣਾ ਆ ਵੀ ਇਹਨੇ ਖਾਣਾ ਲਿਆ ਕਿ ਨਹੀਂ ਜੇ ਲੈ ਲਿਆ ਤਾਂ ਹੋ ਨਹੀਂ ਲੈ ਸਕਦਾ ਜੇ ਨਹੀਂ ਲਿਆ ਤਾਂ ਉਹਨੂੰ ਹੋਰ ਮਿਲ ਜਾਣਾ ਪਰ ਰੀਅਲੀ ਉਹਦਾ ਮਤਲਬ ਇਹ ਆ ਵੀ ਅਸੀਂ ਹੁਣ ਸ਼ਤਾਨ ਦੇ ਹੋ ਗਏ ਆ ਵੀ ਬਿਲੋਂਗ ਟੂ ਦਾ ਡੈਵਲ ਇਹ ਹੈ ਤੇ ਸੰਦਸਤਾ ਸਤਾਰ ਮੈਂ ਆਪਾਂ ਪੜ੍ਹਾਂਗੇ ਬੈਸ ਸਿਪ 17 ਅਤੇ ਕਿਸੇ ਨੂੰ ਵੀ ਲੈਣ ਦੇਣ ਨਹੀਂ ਕਰ ਦਿੰਦਾ ਭੰਨੇਰਾ ਉਹਨੂੰ ਜਿਹਦੇ ਉੱਤੇ ਜਿਹਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਂ ਜਾਂ ਉਹਦੇ ਨਾਂ ਦਾ ਅੰਗ ਲੱਗਾ ਹੋਵੇ ਆਮੇ ਜਾ ਉਹਦਾ ਨਾਂ ਜਾ ਉਹਦੇ ਨਾਂ ਦਾ ਅੰਗ ਨਿਸ਼ਾਨ ਉਹਦੇ ਨਾਂ ਦਾ ਓਕੇ ਫੇ ਕੀ ਹੋਣਾ ਵੀ ਅਸੀਂ ਉਹਦੇ ਬਣ ਗਿਆ ਨਾ ਅਸੀਂ ਖਰੀਦ ਸਕਦੇ ਆ ਨਾ ਅਸੀਂ ਵੇਚ ਸਕਦੇ ਆ ਜੇ ਸਾਡੇ ਉਹ ਨਹੀਂ ਲੱਗਾ ਹੈਗਾ ਉਸ ਵੇਲੇ ਗਵਰਨਮੈਂਟ ਨੇ ਇਦਾਂ ਕਹਿਣਾ ਜਿਹੜੇ ਲਾਉਂਦੇ ਆ ਉਹ ਨਹੀਂ ਕਹਿੰਦੇ ਦੇਖੋ ਜੀ ਅਸੀਂ ਸਭ ਕੁਝ ਫੇਅਰਲੀ ਬੰਦਦੇ ਆ ਪਰ ਇਹ ਚੋਰ ਡਾਕੂ ਖਰਾਬ ਕਾਨੂੰਨ ਤੋਂ ਬਾਹਰ ਆ ਜਿਹੜਾ ਹੇਰਾ ਫੇਰੀਆਂ ਕਰਦੇ ਚੋਰੀ ਕਰਦੇ ਆ ਸੋ ਇਹਨਾਂ ਨੂੰ ਮੌਤ ਦੀ ਸਜ਼ਾ ਇਹਨਾਂ ਨੂੰ ਜੇਲ੍ਹ ਵਿੱਚ ਦੇ ਦਿਓ ਇਹਨਾਂ ਨੂੰ ਕੋਈ ਖਰਾਬੀ ਕਰ ਲੋ ਇਹਨਾਂ ਨੂੰ ਆਹ ਕਰ ਲੋ ਇਹਨਾਂ ਨੂੰ ਆਹ ਕਰ ਲੋ ਉਹ ਫੇ ਆਊਟਲੋਸ ਬਣ ਜਾਣੇ ਆ ਜਿਹੜੇ ਕਾਨੂੰਨ ਤੋੜਨ ਵਾਲੇ ਉਹ ਬਣ ਜਾਣੇ ਆ ਕਿ ਸਾਰੇ ਸਾਰੇ ਲੋਕਾਂ ਨੇ ਉਹ ਦਰਿੰਦੇ ਦੇ ਮਜ਼ੂਰ ਹੋ ਜਾਣਾ ਉਹ ਨਹੀਂ ਕਹਣਾ ਜੋ ਕਹਿੰਦਾ ਉਹ ਸਹੀ ਆ ਆਪਾਂ ਪਿਛੇ ਵੀ ਹੋ ਕੇ ਦੇਖਿਆ ਥੋੜੀ ਜਿਹਾ ਜਦੋਂ ਆਪਣੇ ਕੋਵਿਡ 19 ਆਇਆ ਸੀਗਾ ਤੇ ਉਦੋਂ ਵੀ ਆਪਾਂ ਦੇਖਦੇ ਸੀਗੇ ਵੀ ਜਿਹੜਾ ਨਹੀਂ ਲੋਆਂਦਾ ਸੀਗਾ ਜਿਹੜਾ ਨਹੀਂ ਟੀਕਾ ਲਵਾਉਂਦਾ ਸੀਗਾ ਤੇ ਉਹਨੂੰ ਕਿੰਨਾ ਬੁਰਾ ਸੱਦਿਆ ਜਾਂਦਾ ਸੀ ਤੇ ਇਹ ਆ ਜਿਹੜਾ ਹੁਣ ਟਾਈਮ ਇਹ ਉਦੋਂ ਵੀ ਜ਼ਿਆਦਾ ਖਰਾਬ ਹੋਣਾ ਉਹਦੇ ਵਿੱਚ ਤਾਂ ਸਾਡੇ ਕੋਲ ਹੱਲੇ ਮਰਜੀ ਸੀਗੀ ਅਸੀਂ ਨਹੀਂ ਵੀ ਕਹਿ ਸਕਦੇ ਹਾਂ ਵੀ ਕਹਿ ਸਕਦੇ ਸੀ ਪਰ ਇਹਦੇ ਵਿੱਚ ਕੋਈ ਚੋਇਸ ਨਹੀਂ ਹੋਣੀ ਹੈਗੀ ਇਹ ਸਾਨੂੰ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਕਾਇਤੇਸ ਚੈਪਟਰ ਦੇ ਵਿੱਚ ਹੋ ਰਿਹਾ ਉਹ ਸਾਨੂੰ ਦੱਸਦਾ ਆ ਉਹ ਉਹ ਜਿਹੜਾ ਨਿਸ਼ਾਨ ਹੋਣਾ ਜਿਹੜਾ ਨਾਂ ਹੋਣਾ ਉਹ ਕੀ ਆ ਸਾਨੂੰ ਪਤਾ ਲੱਗ ਜਵੇ ਓਕੇ ਕਈ ਫਿਰਾਨੂੰ ਭੁਲੇਖਾ ਨਾ ਹੋਊਗਾ ਯਾ ਬਾਈਬਲ ਬੋਥ ਕਲੀਅਰਲੀ ਦੱਸਦੀ ਕੋਈ ਭੇਖਾ ਨਹੀਂ ਰਹਿਣ ਦਿੰਦੀ ਹੈਗੇ ਚੈਪਟਰ ਅ ਪ੍ਰਕਾਸ਼ ਦੀ ਪੋਥੀ ਦ ਬੁੱਕ ਆਫ ਰਿਵਿਲੇਸ਼ਨ ਚੈਪਟਰ 13 ਵਰਸ 18 ਹਾਂਜੀ ਇਹ ਗਿਆਨ ਦਾ ਮੌਕਾ ਹੈ ਜੇ ਨੂੰ ਬੁੱਧ ਹੈ ਉਹ ਉਸ ਜਿੰਦੇ ਦੇ ਅੰਗ ਗੈਣ ਲਵੇ ਉਹ ਮਨੁੱਖ ਦਾ ਅੰਗ ਹੈ ਅਤੇ ਉਹਦਾ ਅੰਗ 666 ਆ ਓਕੇ ਸੋ ਉਹਦਾ ਅੰਕ ਹੀ ਉਹਦਾ ਨਿਸ਼ਾਨ ਕੀਆ 666 ਹਾਂ ਓਕੇ ਇਹੀ ਉਹ ਉਹਨਾਂ ਸ਼ਾਨ ਹੋਣਾ ਸੋ ਤੁਸੀਂ ਪਛਾਨ ਸਾ ਦੇ ਕਈ ਮੈਂ ਦੇਖਿਆ ਕਈ ਖੁਸ਼ੀ ਨਾ ਲਾਈ ਫੈਦੇ ਅੱਜ ਕੱਲ ਵੀ ਓਕੇ ਪਰ ਹੱਲੇ ਉਹ ਆਇਆ ਨਹੀਂ ਹੈਗਾ ਸੋ ਹੱਲੇ ਹੱਲੇ ਵੀ ਜੇ ਸਾਡੇ ਵੀ ਕਿਸੇ ਲੁਆਇਆ ਵੀ ਆ ਉਹੋ ਲਾ ਸਕਦੇ ਆ ਤੇ ਹੱਲੇ ਵੀ ਪਰ ਤੋਬਾ ਕਰਕੇ ਪਰਮੇਸ਼ੀ ਨੂੰ ਆਪਣੇ ਜੀਵਨ ਵਿੱਚ ਸਾਥ ਸਕਦੇ ਆ ਕਿ ਕਿ ਜਦੋਂ ਉਹ ਆ ਗਿਆ ਜਦੋਂ ਉਹ ਲਾਉਣ ਲੱਪਿਆ ਉਦੋਂ ਬਾਅਦ ਕੋਈ ਤੋਬਾ ਨਹੀਂ ਕਰ ਸਕਦਾ ਹੈ ਜਿਹਨੂੰ ਨਾਲ ਵਾਲਿਆ ਤੇ ਉਹ ਸ਼ੈਤਾਨ ਦੇ ਹੋਣੇ ਆ ਤੇ ਉਹ ਅਖੀਰ ਤਿੱਕਰ ਉਸ ਨਰਕਾ ਨੂੰ ਜਾਣਗੇ ਬਾਲਦੀ ਬਾਲਦੀ ਅੱਗ ਦੇ ਵਿੱਚ ਬਾਈਬਲ ਦੱਸਦੀ ਆ ਬਾਲਦੀ ਅੱਗ ਦੇ ਵਿੱਚ ਸ਼ੈਤਾਨ ਦੇ ਨਾਲ ਸਿੱਟੇ ਜਾਣਗੇ ਜਗਦੀਸ਼ ਨਹੀਂ ਕਹਿੰਦਾ ਹੈਗਾ ਬਾਈਬਲ ਆਪਾਂ ਨੂੰ ਇਦਾਂ ਦੱਸਦੀ ਆ ਸੋ ਬਾਈਬਲ ਦੇ ਵਿੱਚ ਆਪਾਂ ਜੋ ਅਸੀਂ ਬਾਈਬਲ ਚ ਲਿਖਿਆ ਉਹ ਹੋਈ ਤੋਂ ਅਨੁਸਾਰ ਦੱਸਦੇ ਹੋਣੇ ਹੋਰ ਨਹੀਂ ਕੁਝ ਦੱਸਦੇ ਹੈਗੇ ਤੁਸੀਂ ਆਪ ਇਹ ਚੈੱਕ ਕਰ ਸਕਦੇ ਆ ਜਿਹਦਾ ਨਾਮ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਹੈਗਾ ਉਹ ਸਾਰੇ ਬਲਦੀ ਅੱਗ ਦੇ ਵੈਸੇ ਠੇ ਜਾਂਦੇ ਜਿਹੜੀ ਹਰ ਵੇਲੇ ਬਲਦੀ ਰਹਿੰਦੀ ਹੈ ਕਦੇ ਵੀ ਨਾ ਅਸੀਂ ਮਰਦੇ ਆ ਤੇ ਨਾ ਅਸੀਂ ਉਹਦੇ ਵਿੱਚੋਂ ਨਿਕਲ ਸਕਦੇ ਆ ਸੋ ਇਥੇ ਪਰਮੇਸ਼ਰ ਸਾਨੂੰ ਮੌਕਾ ਦਿੰਦਾ ਹੈ ਜੇ ਤੁਸੀਂ ਚਾਹੋ ਨੇ ਅੱਜ ਪਰਮੇਸ਼ਰ ਨੂੰ ਮੰਨਣਾ ਜੇ ਤੁਸੀਂ ਚਾਹੋ ਨੇ ਅਸੀਂ ਇਸ ਚੀਜ਼ਾਂ ਤੋਂ ਛੁਟিয়েਗੇ ਤੁਸੀਂ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਸੱਦ ਸਕਦੇ ਆ ਤੁਹਾਡੇ ਪਾਪ ਮਾਫ ਕਰ ਦੂਗਾ ਤੇ ਤੁਸੀਂ ਉਹਦੇ ਬੇਟੇ ਬੇਟੀਆਂ ਬਣ ਸਕਦੇ ਆ ਆਪਣਾ ਟਾਈਮ ਚੱਲ ਗਿਆ ਪਰ ਦੋ ਕੁ ਮਿੰਟ ਸੰਧੂ ਬੋਲੂਗੀ ਤਾਂ ਫਿਰ ਮੈਂ ਪ੍ਰੇ ਕਰੂੰਗਾ ਤੁਹਾਡੇ ਵਾਸਤੇ ਹਾਂਜੀ ਪ੍ਰਾਈਜ਼ ਦਾ ਲਾਡ ਸੱਚੀ ਜਦੋਂ ਆਪਾਂ ਠੰਡੇ ਦਿਮਾਗ ਨਾਲ ਸੋਚੀਏ ਤਾਂ ਕਾਫੀ ਔਖਾ ਟਾਈਮ ਆਉਣ ਵਾਲਾ ਆ ਜਿੱਦ ਆਪਾਂ ਦੇਖਿਆ ਸੀ ਕਿ ਪਰਮੇਸ਼ਰ ਨੇ ਆਪਾਂ ਨੂੰ ਪਿਆਰ ਕੀਤਾ ਤੇ ਉਹਨੇ ਆਪਣਾ ਇਕਲੌਤਾ ਪੁੱਤਰ ਭੇਜ ਦਿੱਤਾ ਤਾਂ ਕਿ ਅਸੀਂ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਮਾਫੀ ਮੰਗੀਏ ਤੇ ਤੋਬਾ ਕਰਕੇ ਫੇ ਉਹਦੇ ਨਾਲ ਰਿਸ਼ਤਾ ਜੋੜ ਲਈਏ ਪਰ ਉਹਨੇ ਇੱਕ ਕੰਮ ਤਾਂ ਪੂਰਾ ਕਰ ਦਿੱਤਾ ਪਰ ਸਾਨੂੰ ਫ੍ਰੀडम ਦਿੱਤੀ ਆ ਕਿ ਸਾਡੀ ਚੋਣ ਹੋ ਪਰ ਜਦੋਂ ਆਪਾਂ ਕੋਵਿਡ ਦੇ ਵਿੱਚ ਦੇਖਿਆ ਸੀਗਾ ਉਦੋਂ ਸਾਡੇ ਕੋਲ ਚੋਣ ਨਹੀਂ ਸੀਗੀ ਜ਼ਰੂਰ ਚੋਣ ਸੀਗੀ ਪਰ ਉਹਨੇ ਕਈ ਚੀਜ਼ਾਂ ਇਦਾਂ ਕਰ ਦਿੱਤੀਆਂ ਸੀ ਜਿਹੜੇ ਡਾਕਟਰਸ ਨੇ ਨਹੀਂ ਲੁਵਾਏ ਸੀ ਨਰਸਿਸ ਨੇ ਨਹੀਂ ਲੁਵਾਏ ਸੀ ਕੇਰਸ ਨੇ ਰਿਫਿਊਜ਼ ਕੀਤਾ ਸੀ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਸੀ ਤੁਹਾਨੂੰ ਜੌਬ ਤੋਂ ਕੱਢ ਦੇਣਾ ਹੈ ਤੇ ਕਈਆਂ ਨੂੰ ਕੱਢ ਵੀ ਦਿੱਤਾ ਸੀ ਦੂਸਰੀ ਥ੍ਰੈਟ ਇਹ ਸੀ ਕਿ ਜੇ ਤੁਸੀਂ ਇੱਕ ਮੌਲਕ ਤੋਂ ਦੂਜੇ ਮੌਲਕ ਨੂੰ ਜਾਣਾ ਹੈ ਤੇ ਜਾ ਨਹੀਂ ਸਕਦੇ ਜੇ ਤੁਹਾਡੇ ਇੰਜੈਕਸ਼ਨ ਨਹੀਂ ਲੱਗੇ ਹੋਏ ਹੈਗੇ ਸੋ ਮੇਰੀ ਖਿਆਲ ਸੀ ਉਹ ਟ੍ਰੇਲਰ ਸੀਗਾ ਉਹ ਵੀ ਇੱਕ ਜਵਲਦਸਤੀ ਸੀ ਵੀ ਜੇ ਅਸੀਂ ਟੀਕਾ ਨਹੀਂ ਲਵਾਇਆ ਤਾਂ ਸਨਵਾਸ ਸਜ਼ਾ ਭੁਗਣੀ ਪੈਣੀ ਹੈ ਸਜ਼ਾ ਸੀਗੀ ਜਦੋਂ ਅਸੀਂ ਇੱਕ ਮੌਲਕ ਦਾ ਪਰਿਵਾਰ ਰਹਿੰਦਾ ਦੋ ਜਣੇ ਹੋਰ ਕਿਤੇ ਰਹਿੰਦੇ ਤਾਂ ਅਸੀਂ ਮਿਲਣ ਨਹੀਂ ਜਾ ਸਕਦੇ ਸੀ ਸਜ਼ਾ ਸੀਗੀ ਵੀ ਜਦੋਂ ਅਸੀਂ ਇੱਕ ਦੂਏ ਨੂੰ ਮਿਲਣਾ ਆ ਇਹ ਆਪਣੀ ਜੌਬ ਤੇ ਅਸੀਂ ਜੇ ਟੀਕਾ ਨਹੀਂ ਲਵਾਇਆ ਤਾਂ ਸਾਨੂੰ ਜੋਬ ਨਹੀਂ ਮਿਲਣੀ ਜੀ ਪੰਜ ਮੀਲ ਤੋਂ ਦੂਰੇ ਇਹਨੇ ਮਿਲਣੀ ਜਾ ਸਕਦੇ ਦੈਟਸ ਰਾਈਟ ਇਦਾਂ ਦੀਆਂ ਕਾਫੀ ਕੰਡੀਸ਼ਨ ਸੀਗੀਆਂ ਅਪਾ ਆਪਣੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ ਸੀਗੇ। ਸੋ ਇਹ ਟ੍ਰੇਲਰ ਇੱਕ ਤਰ੍ਹਾਂ ਦਾ ਸੀਗਾ ਤੇ ਆਪਣੇ ਲਈ ਕਾਫੀ ਔਖਾ ਟਾਈਮ ਸੀਗਾ। ਪਰ ਜਦੋਂ ਆਹ ਦਰਿੰਦੇ ਦਾ ਟਾਈਮ ਆਉਣਾ ਆ ਉਸ ਵੇਲੇ ਉਹਨੇ ਸਾਨੂੰ ਚੋਣ ਨਹੀਂ ਦੇਣੀ। ਮੈਂ ਇਦਾਂ ਦੇਖਦੀ ਆ ਜੇ ਮਰਦੇ ਦੇ ਵਿੱਚ ਜੀ ਜਾਨ ਪਾ ਦਿੰਦਾ ਆ ਕੋਈ ਮੂਰਤੀ ਦੇ ਵਿੱਚ। ਬੋਲਣ ਲਾ ਦਿੰਦਾ ਆ ਤਾਂ ਲੋਕਾਂ ਨੇ ਉਹਦੇ ਮਗਰ ਨੱਟ ਜਾਣਾ ਆ। ਕਿਉਂ? ਕਿ ਲੋਕੀ ਨਿਸ਼ਾਨ ਚਾਹੁੰਦੇ ਆ ਸੱਚਾਈ ਨਹੀਂ ਚਾਹੁੰਦੇ ਨਿਸ਼ਾਨ ਚਾਹੁੰਦੇ ਆ ਬਹੁਤ ਵਾਰੀ ਟੈਟੂਸ ਪੁਆਏ ਜਾਂਦੇ ਆਪਣੇ ਉੱਤੇ ਕਿਸੇ ਦੇ ਨਾਂ ਦੇ ਨਿਸ਼ਾਨ ਭਾਵੇਂ ਉਹਨਾਂ ਨਾਲ ਪਿਆਰ ਵੀ ਨਾ ਕਰਦੇ ਹੋਣ ਭਾਵੇਂ ਉਹਨਾਂ ਨੂੰ ਕੌਸ਼ਨ ਨਾ ਕਰਦੇ ਹੋਣ ਪਰ ਇੱਕ ਤਰੀਕੇ ਨਾਲ ਨਿਸ਼ਾਨਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਉਹ ਦਰਿੰਦੇ ਨੇ ਵੀ ਇਦਾਂ ਦੇ ਨਿਸ਼ਾਨ ਸ਼ੁਰੂ ਕਰ ਦੇਣੇ ਆ ਸੋ ਮੈਂ ਇਦਾਂ ਕਿ ਨਹੀਂ ਆਪਣੇ ਕੋ ਹੁਣ ਚੋਣ ਆ ਤੇ ਆਪਾਂ ਸਹੀ ਫੈਸਲਾ ਕਰ ਲਈਏ ਬਹੁਤ ਲੋਕ ਕੀ ਮੈਰੀਕਲ ਦੇ ਮਗਰ ਜਾਦਾ ਨਾ ਠਹਦੇ ਆ ਕਿ ਆ ਮੈਰੀਕਲ ਹੋ ਜਾਣਾ ਜੇਸੀ ਉੱਥੇ ਗਏ ਤਾਂ ਸੋ ਇਸ ਬੰਦੇ ਨੂੰ ਵੀ ਇਖਤਿਆਰ ਦਿੱਤਾ ਗਿਆ ਹੋਣਾ ਆ ਕਿ ਤੂੰ ਦਿਖਾ ਲੈ ਮੈਰੀਕਲ ਉਹਨੇ ਦਿਖਾ ਲੈਣੇ ਆ ਫਿਰ ਬਾਈਬਲ ਇਹ ਵੀ ਦੱਸਦੀ ਆ ਹਿਯਾਰ ਹੋਇਓ ਮਗਲ ਦੇ ਟਾਈਮ ਦੇ ਵਿੱਚ ਬਹੁਤ ਝੂਠੇ ਪ੍ਰੋਫਿਟਸ ਮੇਰਾ ਨਾਮ ਤਾਂ ਆ ਰਿਹਾਉਣਗੇ ਤੇ ਦਰਿੰਦੇ ਦੇ ਬਾਰੇ ਸਾਫ਼-ਸਾਫ਼ ਲਿਖਿਆ ਆ ਕਿ ਉਹਨੇ ਮੇਰੀ ਕਾਪੀ ਕਰਨੀ ਆ ਸੋ ਸਾਨੂੰ ਉਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਮੈਨੂੰ ਸਾਰੀ ਸਮਝ ਨਹੀਂ ਹੈਗੀ ਪਰ ਆਪਾਂ ਇਦਾਂ ਕਹਿ ਸਕਦੇ ਆ ਬਹੁਤ ਚੀਜ਼ਾਂ ਦੀ ਸਾਨੂੰ ਸਮਝ ਨਹੀਂ ਹੈਗੀ ਪਰ ਅਸੀਂ ਫੈਸਲੇ ਲੈ ਲਏ ਆ ਅਸੀਂ ਉਹ ਫੈਸਲਾ ਲੈ ਲਈਏ ਜਿਹੜਾ ਬਚਨ ਦੱਸਦਾ ਕਿ ਅਸੀਂ ਫ੍ਰੀ ਹੋ ਸਕਦੇ ਆ ਉਹ ਅੱਜ ਸਾਡੇ ਕੋਲ ਫੈਸਲੇ ਕਰਨ ਦਾ ਟਾਈਮ ਹੈਗਾ ਆ ਸੋ ਚੋਣ ਦਾ ਹੱਲੇ ਵੀ ਤੁਹਾਡੀ ਆ ਉਸ ਵੇਲੇ ਸਾਨੂੰ ਪਤਾ ਤਾਂ ਲੱਗ ਜਾਣਾ ਮਸੀਹਾਂ ਨੂੰ ਜਾਂ ਗਵਰਨੀਆਂ ਨੂੰ ਜਿਨ੍ਹਾਂ ਨੂੰ ਦੱਸਿਆ ਹੋਇਆ ਵੀ ਅਖੀਲੇ ਟਾਈਮ ਦੇ ਵਿੱਚ ਆਹ ਗੱਲਾਂ ਹੋਣੀਆਂ ਪਰ ਉਸ ਵੇਲੇ ਚੋਣ ਨਹੀਂ ਹੋਣੀ ਹੈਗੀ ਸੋ ਆਪਾਂ ਜੇ ਚੋਣ ਕਰ ਲਈਏ ਤਾਂ ਮੈਂ ਯਕੀਨ ਕਰਦੀ ਆ ਕਿ ਜਿਨ੍ਹਾਂ ਦੇ ਉਹ ਜਦੋਂ ਟਾਈਮ ਆਇਆ ਜਿਹੜੇ ਪ੍ਰਕਾਸ਼ ਦੀ ਪੁਥੀ ਦੇ ਵਿੱਚ ਲਿਖਿਆ ਹੈ ਵੀ ਉਹ ਮਗਲ ਦੇ ਟਾਈਮ ਲੋਕਾਂ ਨੂੰ ਪਰਮੇਸ਼ਰ ਨੇ ਪਹਿਲਾਂ ਆਪਣੇ ਰਾਇਸ ਦੇ ਵਿੱਚ ਲੈ ਜਾਣਾ ਹੈ ਸੋ ਜੇ ਇਦਾਂ ਹੋਇਆ ਤੇ ਆਪਾਂ ਉਹਨਾਂ ਤੋਂ ਬਚ ਸਕਦੇ ਹਾਂ ਪਰ ਜੇ ਆਪਾਂ 50-50 ਆ ਫਿਰ ਪਤਾ ਨਹੀਂ ਲੱਗਣਾ ਕਿਧਰ ਨੂੰ ਜਾਣਾ ਹੈ ਸੋ ਅੱਜ 100% ਸ਼ੋਰ ਚੈੱਕ ਕਰ ਲਈਏ ਆਪਣੇ ਆਪ ਨੂੰ ਹੋਰ ਸਾਡੀ ਕੋ ਫਰੀडम ਆ ਜੇ ਅਸੀਂ ਇਸ ਮਸ਼ੀਨ ਨੂੰ ਆਪਣਾ ਮੌਕਤੀ ਦਾ ਸਾ ਬਣਾਉਂਦੇ ਆ ਤਾਂ ਸਾਡਾ ਕੀ ਨੁਕਸਾਨ ਹੋ ਕੀ ਸਾਈਡ ਇਫੈਕਟ ਕਿਹੜੇ ਸਾਇੰਸ ਤੁਸੀਂ ਚਾਹੁੰਦੇ ਆ ਤੁਹਾਡੀ ਕੋਈ ਆਪਣੀ ਖੁਸ਼ੀ ਆ ਬਹੁਤ ਸੋਹਣਾ ਹੈ ਕਿ ਪਰਮੇਸ਼ਰ ਨੇ ਸਾਨੂੰ ਫ੍ਰੀ ਵਿਲ ਦਿੱਤੀ ਐਸੀ ਆਪਣੇ ਬੱਚਿਆਂ ਨੂੰ ਵੀ ਫ੍ਰੀ ਵਿਲ ਨਹੀਂ ਦਿੰਦੇ ਜਿੰਨਾ ਚਿਰ ਅਸੀਂ ਚਾਹੁੰਦੇ ਆ ਹੋ ਸਕੇ ਅਸੀਂ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਹੀ ਰੱਖ ਲਈਏ ਉਹ ਰਹਿਣ ਜਾਂ ਨਾ ਰਹਿਣ ਇਹ ਤਾਂ ਡਿਫਰੈਂਟ ਗੱਲ ਆ ਪਰ ਕੋਸ਼ਿਸ਼ ਤਾਂ ਪੂਰੀ ਕੀਤੀ ਜਾਂਦੀ ਆ ਪਰ ਪਿਤਾ ਪਰਮੇਸ਼ਰ ਨੇ ਸਾਰਾ ਕੁਝ ਬਣਾ ਕੇ ਇਨਸਾਨ ਨੂੰ ਬਣਾ ਕੇ ਫੇ ਵੀ ਫ੍ਰੀ ਵਿਲ ਦਿੰਦੀ ਆ ਸਾਜ ਆਪਣੇ ਪੁੱਤ ਨੂੰ ਦੇ ਕੇ ਵੀ ਫ੍ਰੀਵਲ ਦਿੱਤੀ ਆ ਚੋਣ ਆਪਣੀ ਆ ਤੁਸੀਂ ਉਸ ਦਿਨ ਦੇ ਤੋਂ ਪਹਿਲਾਂ ਪਹਿਲਾਂ ਕੀ ਕਰਨਾ ਚਾਹੁੰਦੇ ਆ ਆਮੇਨ ਆਮੇਨ ਹਾਂਜੀ ਪ੍ਰੇ ਕਰੀਏ ਆਪਾਂ ਜੇ ਤੁਸੀਂ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਸਦਰ ਚਾਹੁੰਦੇ ਆ ਮੈਂ ਤੁਹਾਡੇ ਵਾਸਤੇ ਪ੍ਰੇ ਕਰੂੰਗਾ ਤੁਸੀਂ ਅੱਜ ਸੱਚ ਸਕਦੇ ਆ ਜੇ ਤੁਹਾਨੂੰ ਹੋਰ ਕਿਸੇ ਮਿਰਕਲ ਦੀ ਲੋੜ ਆ ਉਹ ਵੀ ਮੈਂ ਮਗਰੋਂ ਪ੍ਰੇ ਕਰੂੰਗਾ ਤੇ ਤੁਸੀਂ ਯਕੀਨ ਰੱਖ ਸਕਦੇ ਹੋ ਭਰੋਸਾ ਰੱਖ ਸਕਦੇ ਹੋ ਪਰਮੇਸ਼ਰ ਤੁਹਾਡੇ ਵਾਸਤੇ ਮਿਰਕਲ ਕਰੂਗਾ ਮੈਂ ਤਾਂ ਇੱਥੇ ਇੰਗਲੈਂਡ ਦੇ ਵਿੱਚ ਹੂਰਬਰ ਹਮਟਨ ਦੇ ਵਿੱਚ ਬੈਠਾ ਹਾਂ ਪਰ ਪਰਮੇਸ਼ਰ ਤੁਹਾਡੇ ਨਾਲ ਖੜਾ ਹੈ ਜਿੱਥੇ ਵੀ ਤੁਸੀਂ ਇਸ ਵੇਲੇ ਮੈਨੂੰ ਸੁਣ ਰਹੇ ਹੋ ਪਰਮੇਸ਼ਰ ਉੱਥੇ ਹੈ ਉਹ ਮਿਰਕਲ ਵਰਕਰ ਪ੍ਰੋਵੀਸ਼ਰ ਹੈ ਤੇ ਉਹ ਤੁਹਾਡੇ ਵਾਸਤੇ ਮਿਰਕਲ ਕਰ ਸਕਦਾ ਹੈ ਤੇ ਉਹ ਤੁਹਾਡੇ ਵਾਸਤੇ ਕਰੂਗਾ ਵੀ ਜੇ ਤੁਸੀਂ ਯਕੀਨ ਰੱਖੋਗੇ ਭਰੋਸਾ ਰੱਖੋਗੇ ਸੋ ਮੈਂ ਤੁਹਾਡੇ ਵਾਸਤੇ ਬਲੀ ਕਰਦਾ ਯਕੀਨ ਰੱਖਣਾ ਅੱਜ ਪਹਿਲਾਂ ਉਹਨੂੰ ਆਪਣੇ ਜੀਵਨ ਦੇ ਵਿੱਚ ਸਾਧ ਲੈਣਾ ਥੈਂਕ ਯੂ ਫਾਦਰ ਸਰਗੁਤਾ ਹਿਤਵਾ ਦਾ ਤਨਬਾਤ ਤੁਹਾਡੀ ਬੜੀ ਆਈ ਕਰਦੇ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾਵਾਂ ਨੂੰ ਆਛੂਆ ਤੇ ਉਹਨੂੰ ਇਫੈਸ ਲਕੀਤਾ ਆਪਣੀ ਜੀਵਨ ਦੇ ਵਿੱਚ ਤੁਹਾਨੂੰ ਸਦਨਾ ਚਾਹੁੰਦੇ ਆ ਤੇ ਸਰਗੁਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਉਹਨਾਂ ਤੇ ਕਿਰਪਾ ਕਰੋ ਜਦੋਂ ਉਹ ਆਪਣੇ ਪਾਪਾਂ ਤੋਂ ਤੋਬਾ ਕਰਦੇ ਆ ਉਹਨਾਂ ਦੇ ਪਾਪਾਂ ਦੀ ਮਾਫੀ ਦੇ ਦਿਓ ਤੇ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਦਿਓ ਉਹਨਾਂ ਨੂੰ ਆਪਣੇ ਗਲੇ ਲਾ ਲਾ ਸਰਗੁਤਾਸੀ ਤੁਹਾਡਾ ਧੰਨਵਾਦ ਤੁਹਾਡੀ ਵਿਢਾਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਹਾਂ ਅਮਨ ਤਾਂ ਸਰਗੁਤਾਸੀ ਉਹਨਾਂ ਵਾਸਤੇ ਪ੍ਰੇਅ ਕਰਦੇ ਹਾਂ ਹੋ ਸਕਦਾ ਹੈ ਕਿ ਬਹੁਤ ਬਿਮਾਰ ਹੋਣ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਪਰ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ ਪਰ ਸਰਗੁਤਾ ਤੁਸੀਂ ਇਲਾਜ ਕਰਨ ਵਾਲੇ ਤੁਸੀਂ ਮਿਰਕਲ ਕਰਨ ਵਾਲੇ ਆ ਸਰਗੁਤਾ ਉਹ ਤੁਹਾਡੀ ਮਿਰਕਲ ਉਡੀਕ ਰਹੇ ਆ ਸਰਗੁਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਉਹਨਾਂ ਤੇ ਕਿਰਪਾ ਕਰੋ ਜੇ ਕੈਂਸਰ ਐਸੇ ਵੇਲੇ ਕੈਂਸਰ ਛੱਡ ਜਾਂ ਟਿਊਮਰਸ ਚੱਲ ਜਾਂ ਤੇ ਸਾਰੀਗੁਤਾ ਜੋ ਵੀ ਸਰੀਰਾਂ ਵਿੱਚ ਬਿਮਾਰੀਆਂ ਆ ਅਸੀਂ ਯਿਸੂ ਮਸੀਹ ਦਾ ਹੁਕਮ ਦਿੰਦੇ ਆ ਐਸੇ ਵੇਲੇ ਛੱਡ ਕੇ ਚੱਲ ਜਾਂ ਯਿਸੂ ਮਸੀਹ ਦੇ ਨਹਾ ਦੇ ਵਿੱਚ ਸਾਰੀਗੁਤਾ ਉਹਨਾਂ ਨੂੰ ਫ੍ਰੀ ਕਰ ਦਿਓ ਕੋਈ ਵੀ ਸ਼ਤਾਨ ਦਾ ਹਥਿਆਰ ਉਹਦੇ ਚੱਲੇ ਨਾ ਜਿੰਨੇ ਵੀ ਡਰੱਗਸ ਜਾਂ ਅਲਕੋਹਲ ਦੇ ਫੜੇ ਹੋਇਆ ਉਹ ਵੀ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਉਹਨਾਂ ਨੂੰ ਆਜ਼ਾਦ ਕਰਦੇ ਆ ਉਹਨਾਂ ਨੂੰ ਫ੍ਰੀ ਕਰ ਦਿਓ ਇਨ ਦਾ ਨੇਮ ਆਫ ਜੀਸਸ ਥੈਂਕ ਯੂ ਫਾਦਰ ਸੋਰੀ ਗੁਰੂ ਤਾਹੀ ਤੁਹਾਡਾ ਧੰਨਵਾਦ ਤੁਹਾਡੀ ਬੜੀਾਈ ਕਰਦੇ ਆ ਯਿਸੂ ਮਸੀਹ ਨੇ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਫਤਿਹ ਪਾ ਕੇ ਤੇ ਉਹ ਹੀ ਬਿਕੇਮ ਦਾ ਮੋਰ ਦਨ ਕੰਕਰ ਉਹ ਹੱਦ ਹੱਦੋਂ ਵੱਧ ਫਤਿਹ ਮਾਨਿਆ ਅਮੇ ਇਸ ਕਰਕੇ ਸਾਰੇ ਗੁਦਾ ਸਿੰਘ ਤੁਹਾਡਾ ਧੰਨਵਾਦ ਤੁਹਾਡੀ ਬੜੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਆ ਆਮੇਨ ਆਮੇਨ ਫਿਰ ਸਲੋ ਦਾ ਕਮਿਟੀ ਵਿੱਚ ਫਿਨਿਸ਼ ਕਰਦੇ ਆ ਪਰ ਮੈਂ ਇੱਕ ਨੋਟਿਸ ਦੇਣ ਲੱਗੀ ਆ ਕਿ ਆਪਾਂ ਸੰਡੇ ਨੂੰ 3:30 ਵਜੇ ਉਹਨਾਂ ਸ਼ਿੰ ਪੰਜਾਬੀ ਚਰਚ ਦੇ ਵਿੱਚ ਮਿਲਾਂਗੇ ਜੇ ਪ੍ਰਭੂ ਨੇ ਜਾਇਆ ਜੇ ਤੁਸੀਂ ਕਿਸੇ ਵੀ ਹੋਰ ਚਰਚ ਨੂੰ ਨਹੀਂ ਜਾਂਦੇ ਘਰੇ ਬੈਠੇ ਆ ਤੇ ਤੁਸੀਂ ਜਰੂਰ ਆਵੋ ਚਾਹੇ ਤੁਸੀਂ ਯਿਸੂ ਮਸੀਹ ਨੂੰ ਹਲੇ ਨਹੀਂ ਵੀ ਆਪਣਾ ਮੁਕਤੀਦਾਤਾ ਬਣਾਇਆ ਫੇਰ ਵੀ ਤੁਸੀਂ ਆ ਸਕਦੇ ਆ ਚਰਚ ਸਾਰੇ ਵਾਸਤੇ ਖੁੱਲਾ ਆ ਪਰ ਜੇ ਤੁਸੀਂ ਕਿਸੇ ਚਰਚ ਨੂੰ ਜਾਣਦੇ ਆ ਫਿਰ ਤੁਸੀਂ ਵਫਾਦਾਰੀ ਦੇ ਨਾਲ ਉਸ ਚਰਚ ਦੇ ਵਿੱਚ ਜੁੜੇ ਰਹੋ ਜਿੰਨਾ ਚਿਰ ਪ੍ਰਭੂ ਤੁਹਾਨੂੰ ਥੋਮੋਬ ਨਾ ਕਰੇ ਆਮਨ ਜਦੋਂ ਪ੍ਰਭੂ ਚਾਵੇ ਉਦੋਂ ਤੱਕ ਸਿਰ ਤੁਮੋਂ ਭੁਣਾ ਨਹੀਂ ਤਾਂ ਵਫਾਦਾਰੀ ਦੇ ਨਾਲ ਆਪਣੇ ਪਾਸਟਰ ਜੈਨਾ ਲੀਡਰ ਨਾਲ ਪ੍ਰਭੂ ਦੀ ਸੇਵਾ ਕਰਦੇ ਰਹਿਣਾ ਤੇ 3:30 ਵਜੇ ਮੋਲੇ ਫਰਡੇ ਫੇਰ ਮਿਲਾਂਗੇ ਉਦੋਂ ਤੱਕ ਲਈ ਆਪਾਂ ਸਾਰੇ ਤੁਹਾਨੂੰ ਬles ਕਰਦੇ ਆ ਸਾਰਿਆਂ ਨੂੰ ਤੇ ਇਹ ਸਟਡੀ ਨੂੰ ਮੁੜ ਕੇ ਜਰੂਰ ਸੁਣਨਾ ਕਰਕੇ ਇੱਕ ਵਾਰੀ ਸਟਡੀ ਨਾਲ ਸਮਝ ਨਹੀਂ ਲੱਗ ਰਹੀ ਪਰ ਇਹ ਜ਼ਰੂਰੀ ਹੈ ਕਿ ਆਪਣਾ ਅੰਤ ਦਾ ਟਾਈਮ ਆਉਣ ਵਾਲਾ ਹੀ ਹੈ ਅਮਨ ਚਾਹੇ ਅਸੀਂ ਇਸ ਦੁਨੀਆ ਦੇ ਵਿੱਚ ਕਿੰਨੀ ਵੀ ਉਮਰ ਰਹਿ ਲਈਏ ਅੰਤ ਆਉਣਾ ਹੀ ਆਉਣਾ ਹੈ। ਅਮਨ। ਸੋ ਆਪਾਂ ਸਾਰਿਆਂ ਨੂੰ ਬLES ਕਰਦੇ ਹੋਏ ਮਿਲਦੇ ਹਾਂ ਜਿਵੇਂ ਜਿਵੇਂ ਇਸ ਮਸੀਹ ਜੀ ਨੇ ਚਾਇਆ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ ਜੀ ਗੋ ਬLES ਹੋ ਗੋ ਤੇ ਦੁਜਿਆਂ ਨੂੰ ਬLES ਕਰਦੇ ਹਾਂ। ਇਟ ਵਾਉਂਡਰਫੁਲ ਵੀਕ। ਅਮਨ।